ਸਰਕਾਰਾਂ ਸਾਰੀਆਂ ਇੱਕੋ ਜੀਆਂ ਇਹ ਤਾਂ ਮਾਵਾ ਧੀਆਂ ਮਿਲਣਾ ਪਿਓ ਪੁੱਤ ਬਰਾਤੀ ਐ ਤੇ ਵੀ ਉਹ ਦੂਜੀਆਂ ਸਰਕਾਰਾਂ ਗੁਈ ਆਪਾਂ ਨੂੰ ਲੌਲੀਪਾ ਫੜਾ ਤਾਂ ਲੋ ਜੀ ਚੁੱਸੀ ਚਲੋ ਪਹਿਲਾਂ ਆਪ ਦਾ ਟੱਡ ਪੂਰਾ ਭਰੂਗਾ ਨਾ ਜਿਉਂ ਅੰਦਰ ਖਾਨ ਨੂੰ ਥਾਂ ਨਾ ਆ ਤਾਂ ਗਾਂਢਣੀ ਇਹ ਗੱਲ ਕਰੀਏ ਨਸ਼ੇ ਦੀ ਤੇ ਨਸ਼ੇ ਦਾ ਕੀ ਹਾਲ ਆ ਇਹ ਤਾਂ ਨਸ਼ਾ ਵਧਿਆ ਜੀ ਨਸ਼ਾ ਵਧਿਆ ਘਟਿਆ ਪੰਜੀ ਦਾ ਵੀ ਨਹੀਂ ਕਰਦਾ ਸਾਨੂੰ 75 ਸਾਲ ਦੇ ਵਿੱਚ ਇਹਨਾਂ ਨੇ ਭਖਾਰੀ ਬਣਾਤਾ ਕੀ ਅਸੀਂ ਆਟਾ ਦਾਲ ਜੋਗ ਰਹੇ ਹਾਂ ਜੋ ਆ ਇਹਨੇ ਇੱਕ ਵਾਅਦਾ ਕਰਿਆ ਜੀ ਤੇ ਕਰਤਾਰੀ ਪੂਰੇ ਉੱਤਰੇ ਜੋ ਕਿਸਾਨਾਂ ਨਾਲ ਕਰੇ ਸੋ ਉਹ ਵੀ ਨਹੀਂ ਉੱਤਰੇ ਰਿਸ਼ਵਤ ਖੋਰੀ ਦਾ ਕੀ ਕਿਵੇਂ ਲੱਗਦਾ ਪੂਰੀ ਅੱਗੇ ਰਿਸ਼ਵਤ ਖੋਰੀ ਲੈ ਕੇ ਕੰਮ ਹੋ ਜਾਂਦਾ ਜੀ ਹੁਣ ਰਿਸ਼ਵਤ ਖੋਰੀ ਇਹਨਾਂ ਦਾ ਪੈਸੇ ਲੈਂਦੇ ਨਾ ਕੰਮ ਕਰਦੇ ਹੁਣ 6 ਮਹੀਨੇ ਹੋ ਗਏ ਨਾ ਦਾ ਬੇਅਦਵੀ ਦਾ ਕੋਈ ਹੈ ਨਾ ਜਿਹੜਾ ਬੀਬਗਾਂ ਨੇ ਵਾਅਦਾ ਕੀਤਾ ਪੈਲਸਣ ਦੇ ਦੀ ਉਹ ਉਹ ਨਾ ਇਹ ਉਹ ਪੂਰਾ ਹੋਇਆ ਸਰਕਾਰ ਦੇ ਤੁਸੀਂ ਕੰਮਾਂ ਨੂੰ ਕਿਵੇਂ ਵੇਖਦੇ ਆ ਕਿ 6 ਮਹੀਨੇ ਦੇ ਵਿੱਚ ਕਿੰਨੇ ਕੰਮ ਕੀ ਕਰਤੇ? ਨਹੀਂ ਪਹਿਲਾਂ ਨਾਲੋਂ ਤਾਂ ਠੀਕ ਹੀ ਆ ਵੈਸੇ। ਵੀ ਜਿਵੇਂ ਕੋਈ ਪਥਣਾ ਜਾਂ ਕੋਈ ਹੋਰ ਚੀਜ਼ਾਂ ਕਈ ਕੰਮ ਕੀਤੇ ਵੀ ਆ ਤੇ ਫਿਰ ਸਾਰੀਆਂ ਕੋਈ ਬਾਹਲਾ ਫਰਕ ਨਹੀਂ ਪੱਗਿਆ ਹਜੇਗੀ। ਹੂੰ ਬਸ ਜੀ ਬਿਜਲੀ ਦੇ ਬਿੱਲ ਮਾਫ ਹੋ ਗਏ ਲੋਕ ਵੀ ਕਹਿੰਦੇ ਨੇ ਜਿਹੜੀ ਵੱਡੀ ਵੱਡੀ ਮੁੱਦਾ ਇੱਕ ਇਹ ਸੀਗੇ ਪੰਜਾਬ ਚੋਂ ਨਸ਼ਾ ਖਤਮ ਕਰਨਾ ਉਹ ਇਹਨਾਂ ਨੇ ਕਿਹਾ ਸੀ ਕਿ ਮਹੀਨੇ ਚ ਹੋ ਜਾਊਗਾ ਉਹ ਨਹੀਂ ਹੋਇਆ ਕੋਈ ਰੇਤੇ ਦਾ ਨਹੀਂ ਹੋਇਆ ਕੁਝ ਨਹੀਂ ਹੋਇਆ ਕੱਲਾ ਹਾ ਜੁਨਟਾ ਜਿਹੜੀਆਂ ਮਾਫ ਇਹ ਜ਼ਰੂਰ ਕਰਦੀਆਂ ਹਮਮ ਹੋਰ ਕੁਝ ਨਹੀਂ ਹੋਇਆ ਹੋਰ ਜ਼ਿੰਮੇਦਾਰ ਭਰਾਵਾਂ ਨੂੰ ਇਹ ਵੀ ਕਿਹਾ ਸੀ ਕਿ ਮਾਫਜ਼ੇ ਦੇਣਿਆ ਮੂੰਗੀ ਤੇ ਕਿਹਾ ਸੀਗਾ ਜਾਂ ਜਿਨ੍ਹਾਂ ਨੇ ਮਸ਼ੀਨੀ ਬਜਾਈ ਕੀਤੀ ਉਹਨਾਂ ਨੂੰ 15-1500 ਰੁਪਏ ਆਉਣਾ ਸੀ ਉਹ ਮੇਰੇ ਕੋਲ ਤਾਂ ਨਹੀਂ ਆਇਆ ਤੇ ਮੂੰਗੀ ਮੇਰੀ ਆਗ ਦੀ ਮਵਾਈਆ ਮੈਨੂੰ ਕੁਝ ਨਹੀਂ ਮਿਲਿਆ ਜੀ ਸਾਡੇ ਤਣੇ ਕਿੱਲੇ ਮੂੰਗੀ ਮੈਂ ਆਖ ਦੀ ਆਪਦੀ ਮੇਰੀ ਲਿਖਾਈ ਵੀ ਸੀਗੀ ਕੁਛ ਨਹੀਂ ਹਲਤਾ ਮਿਲਿਆ ਬਾਪੂ ਲੱਗਦਾ ਕਿ ਸਰਕਾਰ ਕੰਮ ਕਰੂਗੀ ਨਹੀਂ ਸਾਰੀਆਂ ਇੱਕੋ ਜੀਆਂ ਰਲ ਮਿਲ ਕੇ ਜੀ ਆਪਾਂ ਕਹੀਏ ਨਾ 19 ਕੀ ਆ ਫਰਕ ਆਪਾਂ ਕਹੇ ਨੇ ਸਾਰੇ ਇੱਕੋ ਹੀ ਆ ਪਹਿਲਾ ਪਹਿਲਾ ਆਪਦਾ ਢੱਡ ਪੂਰਾ ਭਰੂਗਾ ਨਾ ਜਿਉਂ ਅੰਦਰ ਖਾਨ ਨੂੰ ਥਾਂ ਨਾ ਹੋਇਆ ਤਾਂ ਗਾਂਢਣਗੇ ਬਾਪੂ ਐਵੇਂ ਯਾਰ ਪਰ ਉਹੀ ਗੱਲ ਨਾ ਜਦੋਂ ਸਰਕਾਰ ਬਣਦੀ ਆ ਉਦੋਂ ਕਿੰਨੇ ਵਾਅਦੇ ਕੀਤੇ ਵੀ ਅਸੀਂ ਇੱਕ ਮਹੀਨੇ ਚ ਨਸ਼ਾ ਮੁਕਤ ਕਰ ਦਾਂਗੇ 24 ਘੰਟੇ ਦੇ ਵਿੱਚ ਬੇਇੱਜ਼ਤੀ ਦੇ ਇਨਸਾਫ ਦੀ ਗੱਲ ਕੀਤੀ ਸੀ ਵੀ ਉਹ ਦੂਜੀਆਂ ਸਰਕਾਰਾਂ ਵਾਂਗੂ ਫਿਰ ਉਹ ਸਾਨੂੰ ਲੌਲੀਪੌਪ ਹੀ ਫੜਾ ਦੇਣਾ ਕੋਈ ਚੀਜ਼ ਉਹਨੇ ਹੀ ਕਿੰਨੇ ਮਹੀਨੇ ਹੋ ਗਏ ਹੁਣ 6 ਮਹੀਨੇ ਹੋ ਗਏ ਸੱਤਵਾਂ ਚੱਲ ਰਿਹਾ ਹਾਂ ਤੇ ਕਹਿੰਦੀ ਹੈ ਜੀ ਮਹੀਨੇ ਜਾਂ ਅੱਠਾਂ ਦਿਨਾਂ ਦੇ ਕਰਾਂਗੇ ਹੂੰ ਨਹੀਂ ਕੁਝ ਨਹੀਂ ਕਰ ਸਕਦੇ ਸਾਰੇ ਜੀ ਤੇ ਐਮਸੀ ਦੇ ਕੇ ਦਵਾ ਦੇ ਦੋ ਹੂੰ ਬਾਈ ਤੁਸੀਂ ਕਿਵੇਂ ਦੇਖਦੇ ਹੋ ਸਰਕਾਰ ਦੇ ਕੰਮਾਂ ਨੂੰ ਮੈਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਨਾ ਹੈ ਵੀ ਇੱਕ ਪਾਸੇ ਤਾਂ ਦੇ ਅਸੀਂ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਰੋਜ਼ਗਾਰ ਦੇਵਾਂਗੇ ਸਾਨੂੰ ਜਗਲਾਤ ਭਾਗ ਦੇ ਵਿੱਚ 23 23 ਸਾਲ ਦੀ ਪ੍ਰੋਫਾਈਲਟੀ ਲਿਸਟ ਬਣ ਗਈ ਹੈ ਸਾਡੇ ਬਲੀਏ ਸਰਕਾਰ ਕੰਨਾ ਕੁਣੀ ਨਹੀਂ ਕਰ ਰਹੀ 6 ਮਹੀਨੇ ਤੋਂ ਤਨਖਾਹ ਸਾਨੂੰ ਆ ਹੁਣ ਜਾ ਕੇ ਮਿਲੀ ਹੈ ਕੋਈ ਬਹੁਤੀ ਸਾਡੀ ਤਨਖਾਹ ਨਹੀਂ ਸਿਰਫ 10000 ਤੇ 400 ਹੈ ਜੀ ਇੱਕ ਪਾਸੇ ਤਾਂ ਸਰਕਾਰ ਵਾਤਾਵਰਣ ਸੁਧਾਰਦੀਆਂ ਗੱਲਾਂ ਕਰ ਰਹੀ ਹੈ ਦੂਜੇ ਪਾਸੇ ਫਰੀ ਬੂਟੇ ਨਸਾਂ ਜੋ ਵੰਡੇ ਪਰ ਜਿਹੜਾ ਵਾਤਾਵਰਣ ਸੁਧਾਰਨ ਵਾਲੇ ਹੈ ਉਨਾਂ ਵੱਲੀ ਸਰਕਾਰ ਦਾ ਧਿਆਨ ਕੋਈ ਨਹੀਂਗਾ ਜੀ ਸਰਕਾਰਾਂ ਸਾਰੀਆਂ ਇੱਕੋ ਜੀਆਂ ਇਹ ਤਾਂ ਮਾਵਾ ਧੀਆਂ ਮਿਲਣਾ ਪਿਓ ਪੁੱਤ ਬਰਾਤੀ ਹੈ ਪਹਿਲਾਂ ਕਾਂਗਰਸ ਨੂੰ ਕਹਿੰਦੇ ਸੀ ਮਾੜੀ ਐ ਬਾਦਲ ਕੇ ਆ ਗਈ ਬਹੁਤ ਚੰਗੀ ਐ ਬਾਦਲ ਕੇ ਤੁਰ ਕੇ ਕਾਂਗਰਸ ਆ ਗਈ ਐ ਵੀ ਬੱਲੇ ਬੱਲੇ ਕਾਂਗਰਸ ਵਾਰੂਗੀ ਇਹਦਾ ਪਹਿਲਾਂ ਤਾਂ 74 ਸਾਲ ਤੇ ਇਹਨਾਂ ਨੇ ਆਇਆ ਨਗਾ ਤੇ 75 ਹੁਣ ਆ ਗਈ ਆਮ ਆਦਮੀ ਪਾਰਟੀ ਆਂਦੇ ਅਸੀਂ ਆਮ ਐ ਪਰ ਆਮ ਵਾਲੇ ਕੰਮ ਇਹਨਾਂ ਦੇ ਲੱਗਦੇ ਨਹੀਂ ਸਾਨੂੰ ਜੇ ਆਮ ਵਾਲੇ ਕੰਮ ਕਰਦੇ ਆ ਤਾਂ ਜੀ ਠੀਕ ਐ ਨਾ ਠੀਕ ਹੈ ਮਾਰੀਆਂ ਮੋਟ ਕਰੀ ਜਾਂਦੇ ਅਸੀਂ ਮੰਨਦੇ ਆਂ ਵੀ ਚਾਹੇ ਇਹਨਾਂ ਨੇ ਚਲੋ ਸਿੱਧੀ ਬਜਾਈ ਦਾ ਦੇਤਾ ਜਾਂ 600 ਯੂਮਟ 300 ਕਿਸਾਨਾਂ ਨੂੰ ਵੀ ਮaaf ਕਰਤੀ ਐ ਅਸੀਂ ਇਹਨਾਂ ਦੇ ਧੰਨਵਾਦੀ ਆਂ ਚਾਹੇ ਕਿਸਾਨਾਂ ਵੀ ਨਾਲ ਲਾਇਆ ਠੀਕ ਹੈ ਨਾ ਅਸੀਂ ਕਿਸੇ ਦੇ ਵਿਰੋਧ ਇਹਨਾਂ ਨੇ ਬੋਰਡ ਲੱਗੇ ਨੇ ਜਗਾ ਜਗਾ ਤੇ ਕਿ ਸਾਡਾ ਕੰਮ ਬੋਲਦਾ ਨੌਕਰੀਆਂ ਦਿੱਤੀਆਂ ਨੇ ਮੈਡੀਕਲ ਦੀ ਗੱਲ ਕਰਦੇ ਆ ਸਿੱਖਿਆ ਦੀ ਗੱਲ ਕਰਦੇ ਆ ਉਹ ਨੌਕਰੀਆਂ ਜਿਹੜਾ ਕੰਮ ਬੋਲੀ ਜਾਂਦਾ ਜਿਹੜਾ ਬੋਰਡਾਂ ਚ ਲਿਖਿਆ ਹੋਇਆ ਉਹ ਤੁਹਾਨੂੰ ਸੁਣਿਆ ਨਹੀਂ ਸੁਣਿਆ ਇਹਨਾਂ ਦੇ ਬੋਰਡ ਲਾਏ ਪਏ ਵੇਖੇ ਮੈਂ ਬਹੁਤ ਠਾਈ ਮੈਂ ਜਗਲਾਤਪਗ ਦਾ ਜਨਰਲ 71 ਵੀ ਰਿਆ ਹੁਣ ਮੈਂ ਜ਼ਿਲ੍ਹਾ ਪ੍ਰਧਾਨ ਵੀ ਐ ਅਸੀਂ ਥਾਂ ਥਾਂ ਤੇ ਜਾਂਨੇ ਬਥੇਰੀਆਂ ਅਸੀਂ ਚੰਡੀਗੜ੍ਹ ਤੇ ਕਰ ਮਟਕਾ ਚੌਂਕੀ ਬੱਲ ਦੀ ਕੋਠੀ ਤੇ ਕਰ ਘੇਰੇ ਆ ਤੇ ਪਰ ਮੈਨੂੰ ਇਹਨਾਂ ਦਾ ਨਹੀਂ ਲੱਗਦਾ ਵੀ ਇਹ ਸੁਧਾਰਨਗੇ ਕਿਉਂਕਿ ਜਿਹੜੇ ਐਮਐਲ ਗਏ ਐ ਉਸ ਅਕਾਲੀਆਂ ਛੋੜ ਕੇ ਕੋ ਕਾਂਗਰਸ ਛੋੜ ਕੇ ਇਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਦੇ ਪਰਚੇ ਹੋਣਗੇ ਆਪਾਂ ਇੱਧਰ ਵੱਢ ਜੂ ਮੋਦੀ ਦਾ ਦਬਾਅ ਪੈ ਗਿਆ ਉਹਨਾਂ ਨੂੰ ਪਤਾ ਲੱਗਿਆ ਤੂੰ ਕਸੀ ਤੁਰਿਆ ਆਉਂਦਾ ਚੱਕ ਕੇ ਭਾਜਪਾ ਚੜੀ ਜਾਂਦੇ ਆ ਜੇ ਕਿ ਭਾਜਪਾ ਦਾ ਹੁਣ ਪੰਜਾਬ ਦੇ ਵਿੱਚ ਆਧਾਰ ਹੈ ਨਹੀਂਗਾ। ਹੂੰ ਠੀਕ ਹੈ ਲੈ ਬਾਲੀਆਂ ਸਟੇਸ਼ਨ ਜ਼ਰੂਰ ਆਧਾਰ ਹੈ ਪਰ ਪੰਜਾਬ ਦੇ ਵਿੱਚ ਆਧਾਰ ਹੈ ਨਹੀਂਗਾ। ਜੀ ਠੀਕ ਹੈ ਤੇ ਇੱਥੇ ਹੁਣ ਭਾਜਪਾ ਭੱਜ ਕੇ ਪਰਚਾ ਤੋਂ ਡਰਦੇ ਕੋਈ ਭਾਜਪਾ ਚ ਲੜ ਗਿਆ ਕੋਈ ਆਮਚ ਲੜ ਗਿਆ। ਹੂੰ ਗੱਲ ਚੀਜ਼ ਉਹੀ ਹੈ। ਜੇ ਆਮ ਬੰਦੇ ਨੂੰ ਲਾਇਆ ਹੁੰਦਾ ਆਮ ਬਣੇ ਹੁੰਦੇ ਤੇ ਆਮ ਪਬਲਿਕ ਠੇਡੇ ਕਿਉਂ ਖਾਂਦੀ ਫਿਰਦੀ? ਸਾਨੂੰ ਕੋਈ ਸਬਸਿਡੀਆਂ ਦੀ ਲੋੜ ਨਹੀਂ। ਹੂੰ ਸਾਰੀਆਂ ਬੰਦ ਕਰ ਦੇਣ। ਹੂੰ ਪਰ ਸਾਨੂੰ ਰੋਜ਼ਗਾਰ ਦੇਣ। ਹੂੰ ਸਾਨੂੰ 75 ਸਾਲ ਦੇ ਵਿੱਚ ਇਹਨਾਂ ਨੇ ਭਖਾਰੀ ਬਣਾਤਾ। ਕੀ ਅਸੀਂ ਅਟਾ ਦਾਲ ਦੇ ਜੋਗ ਰਹੀ ਹੈ ਸੰਨੋਈ ਕਰ ਦਿੱਤਾ ਹੋਵੇ ਰਜਗਾਰ ਖਰੀਦ ਲਾਂਗੇ ਅਸੀਂ ਆਪ ਖਰੀਦ ਲਾਂਗੇ ਅਸੀਂ ਬਿੱਲ ਵੀ ਭਰਾਂਗੇ ਤੇ ਅਸੀਂ ਕਣਕ ਵੀ ਖਰੀਦ ਲਾਂਗੇ ਅਸੀਂ ਉਹਦਾ ਮੈਡੀਕਲ ਵੀ ਕਰਵਾ ਲਾਂਗੇ ਸਾਰਾ ਕੁਝ ਕਰਵਾ ਲਾਂਗੇ ਪਰ ਜੇ ਰਜਗਾਰ ਦਿੱਤਾ ਹੋਈ ਇਹਨਾਂ ਸਰਕਾਰਾਂ ਨੇ ਆਪ ਦਾ ਨਾ ਚਮਕਾਉਣ ਦੇ ਲਈ ਵੀ ਸਾਨੂੰ ਐ ਕਹਿਣਾ ਚਾਹੀਦਾ ਵੀ ਫਲਾਣਾ ਬੰਦਾ ਪਹਿਲੇ ਨੰਬਰ ਤੇ ਆ ਆਪ ਪਹਿਲੇ ਨੰਬਰ ਤੇ ਜਾਣ ਦੇ ਬਜਾਏ ਤੇ ਸਾਡੀ ਜਿਹੜੀ ਜਨਤਾ ਸੀ ਪਬਲਿਕ ਸੀ ਇਹਦਾ ਇਹਨੇ ਬੇੜਾ ਕਰਕੇ ਕਰਤਾ ਹੈ ਸਾਨੂੰ ਕਿਉਂ ਬਦੇਸ਼ਾਂ ਦੇ ਵਿੱਚ ਜਾਣਾ ਪਿਆ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਲਹੂ ਢੋਲਿਆ ਇਹ ਅੰਗ ਗੁਰਿਆਂ ਨੂੰ ਕੱਢਿਆ ਤੇ ਪਰ ਸਾਡਾ ਹਿੰਦੁਸਤਾਨ ਇਹਨਾਂ ਨੂੰ ਕਿੱਧਰ ਨੂੰ ਤੋੜਤਾ ਟੇਡੇ ਰਾਹ ਤੋੜਤਾ ਅਰਬਾਂ ਖਰਬਾਂ ਭਈਆ ਤੁਰਿਆ ਜਾਂਦਾ ਹੈ ਬਾਲੀਆਂ ਸਟੇਜਾਂ ਦੇ ਵਿੱਚ ਉਹ ਕਿਉਂ ਕਾਮਯਾਬ ਹੋਣਗੀਆਂ ਕਾਮਯਾਬੀ ਹੋਣਗੀਆਂ ਸਾਡੇ ਨਾਲੋਂ ਜਿੱਥੇ ਕਿ ਇਹ ਸਾਡਾ ਸੀਗਾ ਉਹਨਾਂ ਦੇ ਡਾਲਰਾਂ ਨਾਲੋਂ ਸਾਡਾ 1 ਰੁਪਈਆ ਸੀਗਾ ਕਿਤੇ ਵੱਧ ਜਾਂਦਾ ਹੁੰਦਾ ਸੀ ਆ ਬਦਲ ਬਦਲ ਕਰਾਂਸੀਆਂ ਬਦਲਾ ਕਾਗਤ ਦੇਤੇ ਆ ਹਮ ਬਦਲ ਬਦਲ ਕਾਗਤ ਦੇਤੇ ਆ ਕਾਗਤਾਂ ਦਾ ਨਾ ਕੁਝ ਬਣਨਾ ਨਾ ਕਰਨਾ ਉਦਲੇ ਡਾਲਰ ਆ ਉਹਨਾਂ ਦੇ ਪੈਸਿਆਂ ਦੀ ਵੀ ਕੀਮਤ ਆ ਹਮ ਸਾਡੇ ਰੁਪਈਆਂ ਦੀ ਕੀਮਤ ਨਹੀਂ ਉੱਥੇ ਉਹਨਾਂ ਦੇ ਪੈਸਿਆਂ ਦੀ ਕੀਮਤ ਆ ਇੱਕ ਪੈਸਾ ਅੱਧਾ ਪੈਸਾ ਦੋ ਪੈਸੇ ਚੱਲਦੇ ਆ ਜਿਵੇਂ ਆਪਣੇ ਪੁਰਾਣੀ ਰੀਤ ਚੱਲਦੀ ਸੀਗੀ ਜੀ ਨੇ ਵੇ ਦਸੀਆਂ ਪੰਜੀਆਂ ਦੇਖੀਆਂ ਨੇ ਚਲਦੀਆਂ ਰਹੀਆਂ ਨੇ ਅਸੀਂ ਆਪ ਦੇਖੀਆਂ ਖੁਦ ਮੇਰੇ ਕੋਲੇ ਪਹਨ ਪਈ ਉਹਦੇ ਵਿੱਚ ਪਈ ਨਵਾਂ ਪੈਸਾ ਪਈ ਦੋ ਪੈਸੇ ਤਿੰਨ ਪੈਸੇ ਪੰਜ ਪੈਸੇ ਪਏ 10 ਪੈਸੇ ਪਏ ਅ ਵੀ ਪੈਸੇ ਪਏ ਹੈ ਤੇ ਪਰ ਇਨਾ ਸਰਕਾਰਾਂ ਨੇ ਉਹ ਜਮਾਂ ਮੇਰ ਫੇਲ ਕਰਤੇ ਤੇ ਜਦੋਂ ਆ ਲਾਕਡਾਊਨ ਦੇ ਵਿੱਚ ਇਹ ਕਹਿੰਦਾ ਸੀ ਮੈਂ ਕਰੋੜਾਂ ਰੁਪਇਆ ਕਾਲਾ ਤਨ ਬਾਹਰੋਂ ਕੱਢੂੰਗਾ ਇਹਨੇ ਕਾਲਾ ਤਰ ਬਾਨੋ ਕੋਈ ਨਹੀਂ ਕੱਢਿਆ ਕਾਲਾ ਤਨ ਇਹਨੇ ਸਿਰਫ ਆਵਦਾਂ ਦਾ ਛਪਾਇਆ ਅਸੀਂ ਲੈਣਾ ਚ ਜਾ ਕੇ ਸਾਡੀਆਂ ਬੱਗੀਆਂ ਦਾੜੀਆਂ ਸੀ ਇੱਕ ਦੂਜੇ ਨੂੰ ਧੱਕੇ ਮਾਰਦੇ ਸੀ ਬਹੁਤ ਰੋਲਾ ਪਾਉਣਾ ਪਰ ਇੱਕ ਬੰਦੇ ਦੀ ਸੁਣੀ ਨਹੀਂ ਜਾ ਰਹੀ ਮੈਂ ਇਹਨਾਂ ਨੂੰ ਕਹਣਾ ਉਹ ਆਪਾਂ ਭਰਾ ਹਾਂ ਸਾਰੇ ਇਹਨਾਂ ਨੇ ਤਾਂ ਆਈ ਜਾਣੇ ਤੇ ਤੁਰੇ ਜਾਣੇ ਜੀ ਤੇ ਅਸੀਂ ਕਿਉਂ ਧੜੀਆਂ ਪੜਦੇ ਕਿਉਂ ਇੱਕ ਦੂਜੇ ਨੂੰ ਧੱਕੇ ਮਾਰਦੇ ਹਾਂ ਪਰ ਸਾਡੇ ਘਰਾਂ ਦੇ ਰੰਜੇਵੇਂ ਸਾਨੂੰ ਮਜਬੂਰ ਕਰ ਦਿੰਦੇ ਅਸੀਂ ਉੱਥੇ ਚ ਲੈਣਾ ਚਲਾਣੇ ਯਾਰ ਮੈਨੂੰ ਨੰਬਰ ਮਿਲਣਾ ਚਾਹੀਦਾ ਯਾਰ ਮੈਂ ਮਿਲਾਂ ਮੈਂ 97 ਤੋਂ ਗਾ 97 ਕਾ ਮੇਥੋਂ ਕਾ ਮੈਂ ਗਾ ਆ ਮੰਦਰ ਬੈਠਾ ਇਹਦੇ ਨਾਲ ਗਾ ਇੱਕ ਦੂਜੇ ਤੋਂ ਗਾ ਹੁਣ ਕਿੱਥੇ ਜਾਣੇ ਵੀ ਅਸੀਂ ਰਹਿ ਨਾ ਜਾਈਏ ਧੱਕਾ ਮਾਰਿਆ ਪਤਾ ਨਹੀਂ ਲੱਗਣਾ ਵੀ ਕਿਹੜੇ ਦੀ ਲੱਤ ਟੁੱਟ ਗਈ ਕਿ ਬਾਹਾਂ ਟੁੱਟ ਗਈ ਹੂੰ ਤਕੜੇ ਬੰਦੇ ਜਾਂਦੇ ਸੀ ਮੈਂ ਖੁਦ ਆਪੱਖੀ ਵੇਖਿਆ ਹੂੰ ਮੈਂ ਕੀ ਵੇਖੇ ਵਗਾਰੇ ਗੀ ਗੀ ਗੱਲ ਕਰਦਾ ਦੋ ਬੰਦੇ ਗਏ ਸਾਡੇ ਪਿੰਡ ਦੇ ਮੋਹਤਵਾਰ ਹੂੰ ਚੁੱਪ ਕਰਕੇ ਬੈਂਕ ਦੇ ਵਿੱਚ ਗਏ ਉੱਥੋਂ ਬੰਦੇ ਨੂੰ ਮਿਲੇ ਉਹ ਬੰਦੇ ਨੇ ਇਸ਼ਾਰਾ ਦਿੱਤਾ ਵੀ ਤੁਸੀਂ ਚੱਲੋ ਮੈਂ ਆਉਣਾ ਹੂੰ ਅੰਦਰ ਖਾਤੇ ਕੰਮ ਹੋ ਗਿਆ ਅੰਦਰ ਖਾਤੋਂ ਪੈਸੇ ਲਿਆ ਕੇ ਉਹਨੇ ਫਿਰ ਚੁਟਕੀ ਮਾਰਤੀ ਚੱਲੋ ਹਾਂ ਦਾ ਮੈਂ ਆਇਆ ਉਹ ਬੰਦੇ ਨੇ ਜ्यों ਚੱਕਿਆ ਮੋਟਰਸਾਈਕਲ ਉਹਨਾਂ ਦੇ ਮਗਰ ਗਿਆ ਉਹਨਾਂ ਨੂੰ ਪੈਸੇ ਦੇ ਕੇ ਘਰ ਨੂੰ ਤੋਰਤਾ ਇਧਰ ਨੂੰ ਸਿਮਜਣ ਨੂੰ ਤੋਰਤਾ ਸਾਡੇ ਪਿੰਡ ਦੇ ਬੰਦੇ ਸੀ ਮੇਰੇ ਹੂੰ ਤੇ ਅਸੀਂ ਉੱਥੇ ਚੱਕੀ ਜੰਨੇ ਆ ਲੈਣਾ ਚ ਲੱਗੇ ਹੂੰ ਜਿੱਥੇ ਨੰਬਰ ਆਉਣ ਤੇ ਆ ਮੇਰਾ ਉੱਥੇ ਮਿਲਦਾ ਸੀਗਾ 4000 ਤੇ ਮੇਰਾ ਤੀਜੇ ਦਿਨ ਤੋਂ ਫੇਰ ਨੰਬਰ ਮਾਰਿਆ ਮੂਰੇ ਜਮਾ ਮੂਰੇ ਆ ਗਏ ਨੂੰ ਤੀਜੇ ਦਿਨ ਤੇ ਆਪਾਂ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਪੰਜਾਬ ਸਰਕਾਰ ਲੋਕਾਂ ਨੇ ਕੀ ਚਾਇਆ ਸੀ ਕਿ ਬਦਲਾ ਨੂੰ ਵੋਟ ਪਾਈ ਆ ਬਦਲਾ ਚਾਹੁੰਦੇ ਸੀ ਲੋਕ ਕਿ ਇਸ ਵਾਰ ਕੋਈ ਨਵਾਂ ਬੰਦਾ ਆਵੇ ਜਿਹੜਾ ਪੰਜਾਬ ਬਾਰੇ ਸੋਚੇ ਕੀ ਲੱਗਦਾ ਬਦਲਾ ਹੋਇਆ ਪੰਜਾਬ ਬਾਰੇ ਸੋਚਿਆ ਗਿਆ ਖਾਸ ਨਹੀਂ ਬਦਲਾ ਹੋਇਆ ਮੈਂ ਨਹੀਂ ਸਮਝਦਾ ਵੀ ਬਦਲਾ ਆ ਬਦਲਾ ਉਸ ਨੂੰ ਕਿਹਾ ਜਾਂਦਾ ਪਰ ਠੀਕ ਹੈ ਮੈਂ ਸਰਕਾਰ ਦੀ ਵੀ ਮੰਨਦਾ ਸਰਕਾਰ ਨਾਲ ਮੈਂ ਸਹਿਮਤ ਆ ਵੀ ਸਾਥ ਇੱਕ ਆਪ ਦਾ ਘਰ ਨਹੀਂ ਸੁਧਾਰਿਆ ਜਾਂਦਾ ਸਾਡੇ ਘਰ ਦੇ ਪੰਜ ਮੈਂਬਰ ਹੁੰਦੇ ਆ ਉਹ ਨਹੀਂ ਸੱਤੋਂ ਸੂਤ ਆਉਂਦੇ ਇਹਨਾਂ ਨੇ ਸਾਰਾ ਪੰਜਾਬ ਸੈੱਟ ਕਰਨਾ ਹੁੰਦਾ ਠੀਕ ਹੈ ਟਾਈਮ ਲੱਗ ਜਾਂਦਾ ਪਰ ਕੋਈ ਸੀਮਤ ਵੀ ਹੁੰਦੀ ਹੈ ਇਹਨਾਂ ਦੀ ਸੀਮਤੀ ਹਲੇ ਭੀ ਜ਼ਿਆਦਾ ਵਾਅਦਾ ਨਾ ਕਰਨ ਉਹਨੂੰ ਕਹੇ ਭਾਈ ਅਸੀਂ ਕੰਮ ਕਰਾਂਗੇ ਟਾਈਮ ਜ਼ਰੂਰ ਲੱਗੂਗਾ ਟਾਈਮ ਤਾਂ ਉਹ ਚੁਟਕੀਆਂ ਮਾਰਤੀਆਂ ਵੀ ਜਿਵੇਂ ਖੰਡ ਦਾ ਕੱਟਾ ਚੱਕ ਕੇ ਇਧਰੋਂ ਮਾਰ ਦੇਣਾ ਜਾਦੂ ਪੈਣ ਹੁੰਦਾ ਪਾ ਜਮਾਨ ਦਾ ਕਿ ਮੇਰੇ ਕੋਲੇ ਕਿਹੜਾ ਗਿੱਦੜ ਸਿੰਘੀ ਆ ਗਿੱਦੜ ਸਿੰਘੀ ਆ ਹੂੰ ਫਿਰ ਜਦੋਂ ਵਾਦੇ ਕਰਨੇ ਸੀ ਉਦੋਂ ਕਿਦੜ ਸਿੰਘੀ ਕਿੱਥੋਂ ਆ ਗਿਆਂ ਸੀ ਉਦੋਂ ਗਿੱਦੜ ਸਿੰਘ ਜਾਂ ਸਾਡੇ ਵਾਸਤੇ ਹੂੰ ਸਾਨੂੰ ਇਹਨਾਂ ਸਰਕਾਰਾਂ ਨੇ ਗਮਰਾਹ ਕਰ ਛੱਡਿਆ ਹੂੰ ਕੁਛ ਨਹੀਂ ਇਹਨਾਂ ਨੇ ਕਰਨਾ ਜਿਨ੍ਹਾਂ ਨੇ ਸਵਾਰਨਾ ਹੁੰਦਾ ਤੇ ਸਾਨੂੰ ਆ ਭਿਖਾਰੀ ਨਾ ਬਣਾਉਂਦੇ ਜਿਹੜਾ ਸਿਉਨੇ ਦੀ ਚਿੜੀ ਸੀ ਪੰਜਾਬ ਇਹਨਾਂ ਨੇ ਮਿੱਟੀ ਦੀ ਵੀ ਨਹੀਂ ਰਹਿਣ ਦਿੱਤੀ ਹੂੰ ਰੋਲਤੀ ਫੜ ਕੇ ਇਹਨਾਂ ਨੇ ਹੂੰ ਮੈਂ ਬਹੁਤਾ ਕੁਝ ਨਹੀਂ ਕਰਨਾ ਚਾਹੁੰਦਾ ਜੀ ਹਾਂ ਕਿ ਇਹ ਸੱਦ ਕਰਦੇ ਆ ਇੱਥੇ ਹੋਰ ਵੀ ਪਿੰਡ ਦੇ ਸੂਝਵਾਨ ਲੋਕ ਬੈਠੇ ਨੇ ਜਿਹੜੇ ਜਾਣਕਾਰੀ ਰੱਖਦੇ ਨੇ ਪੋਲੀਟੀਕਲ ਦੀ ਜਾਂ ਪੰਜਾਬ ਦਾ ਫਿਕਰ ਰੱਖਦੇ ਨੇ ਜਿਨ੍ਹਾਂ ਨੂੰ ਸੋਚ ਹੈ ਪੰਜਾਬ ਦੇ ਬਾਰੇ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਤੁਹਾਨੂੰ ਕਿਵੇਂ ਲੱਗਦਾ ਕਿ ਪੰਜਾਬ ਦੀ ਸਰਕਾਰ ਨੇ ਪੰਜਾਬ ਬਾਰੇ ਕਿੰਨਾ ਕੁ ਸੋਚਿਆ 6 ਮਹੀਨਿਆਂ ਦੇ ਵਿੱਚ ਮੈਨੂੰ ਜੀ ਕੋਈ ਗੱਲ ਨਹੀਂ ਨਹੀਂ ਬਾਪੂ ਜੀ ਆਪਾਂ ਨਾਰਮਲੀ ਗੱਲ ਕਰਦੇ ਆ ਇੱਕ ਆਮ ਤੌਰ ਤੇ ਕਿ ਪੰਜਾਬ ਚ 6 ਮਹੀਨੇ ਹੋ ਗਏ 7ਵਾਂ ਮਹੀਨਾ ਚੱਲ ਪਿਆ ਸਰਕਾਰ ਨੂੰ ਸ਼ਾਇਦ ਹਨ ਤੇ 7 ਮਹੀਨਿਆਂ ਦੇ ਵਿੱਚ ਕੀ ਲੱਗਦਾ ਸਰਕਾਰ ਦੇ ਕੰਮਾਂ ਬਾਰੇ ਬਹੁਤ ਗੈਂਗਸਟਰ ਦੀ ਗੱਲ ਚੱਲ ਰਹੀ ਆ ਕੰਮ ਅੱਜਕੱਲ ਤਾਂ ਹਾਂ ਫੋਰਥ ਜਿਆਦਾ ਕੰਮ ਹੋਈ ਨਹੀਂ ਜੀ ਹੂੰ ਨਸ਼ਾ ਕਿਹਾ ਸੀ ਕਿ ਅਸੀਂ 1 ਮਹੀਨੇ ਚ ਬੰਦ ਕਰਦੇ ਆ ਉਸ ਨਹੀਂ ਸਭ ਕੁਝ ਚੱਲਦਾ ਉਹੀ ਕੁਛ ਆਏਗਾ ਆਪਣੇ ਪਿੰਡ ਦਾ ਕੀ ਹਾਲ ਆ ਸਾਡੇ ਪਿੰਡ ਤਕਰੀਬਨ ਠੀਕ ਆ ਵੈਸੇ ਕੋਸ ਬੱਚੇ ਹੈਗੇ ਆ ਹੂੰ ਬਾਹਲੇ ਨਹੀਂ ਕਹਿ ਸਕਦੇ ਹੂੰ ਪਰ ਠੀਕ ਐ ਜੀ ਪਪੂ ਵਾਦੇ ਕੀਤੇ ਸੀ ਕਿ ਅਸੀਂ 24 ਘੰਟੇ ਦੇ ਵਿੱਚ ਬੇਇੱਜ਼ਤੀ ਦਾ ਇਨਸਾਫ ਦੇ ਦਿਆਂਗੇ 1 ਮਹੀਨੇ ਦੇ ਵਿੱਚ ਨਸ਼ਾ ਮੁਕਾ ਦੇਾਂਗੇ 5 ਮਹੀਨੇ ਹੋਣ ਵਾਲੇ ਕੁਝ ਵੀ ਨਹੀਂ ਹੋਇਆ ਜੇ ਉਹ ਕੁੜੀ ਨਹੀਂ ਗਾਣਾ ਗਾਇਆ ਉਹਦੇ ਪਿੱਛੇ ਵੀ ਪੰਗਾ ਖੜਾ ਕਰਤਾ ਪੀ ਸਰਕਾਰ ਨੂੰ ਕੋਈ ਕਹੇ ਨਾ ਹਾਂ ਉਸਨੇ ਸੀਐਮ ਨੂੰ ਲਿਖੀ ਸੀ ਜੇ ਕੋਈ ਗਾਣਾ ਗਾ ਕੇ ਦੱਸਿਆ ਲੈਟਰ ਟੂ ਸੀਐਮ ਹਾਂ ਤੇ ਉਹ ਉਸਨੇ ਕੋਈ ਸੁਣਦੇ ਪਾਰੇ ਵੀ ਕੁਝ ਨਹੀਂ ਉਹਨੂੰ ਬੈਨ ਲਾਤਾ ਉਲਟ ਹਾਂ ਕਿਵੇਂ ਦੇਖਦੇ ਹੋ ਕਿ ਇਹ ਸਰਕਾਰ ਦੇ ਕੰਮ ਚੰਗੇ ਆ ਕੋਸ਼ਿਸ਼ ਕੋ ਚੰਗੇ ਵੀ ਤੇ ਕੋਸ਼ਿਸ਼ ਮਾਰੇ ਵੀ ਆ ਚੰਗੇ ਕਿਵੇਂ ਨੇ ਚੰਗੇ ਜਿੰਮੇਦਾਰ ਥੋੜੇ ਬਹੁਤੇ ਕੰਮ ਬਿਜਲੀ ਦਾ ਕਰਤਾ ਮਾੜਾ ਮੁੰਡਾ ਚ ਬਿਜਲੀ ਚੰਗੀ ਰਹੀ ਏ ਲੋਕਾਂ ਨੂੰ ਜਿੰਮੇਦਾਰਾਂ ਨੂੰ ਵਾਸਤੇ ਵੀ ਠੀਕ ਰਹੀ ਹੂੰ ਬਾਕੀ ਰਹੀ ਗੱਲ ਆਹਾ ਦੂਜੀ ਇਹ ਗੈਂਗਸਟਰ ਹੁਣ ਪਰਸੋਂ ਇੱਕ ਕੱਪੜਿਆਂ ਵਾਲਾ ਵਿਚਾਰਾ ਮੌਤਰਸੂਲਪੁਰ ਮਲੇ ਮਾਰਿਆ 3 ਲੱਖ ਰੁਪਇਆ ਮੰਗਾਈ ਗੈਂਗਸਟਰਾਂ ਨੇ ਹੂੰ ਇਹ ਕਿ ਪਰਪਤ ਹੋ ਜਾਂਦਾ ਜੀ ਬਾਪੂ ਕੀ ਲੱਗਦਾ ਕਿ ਇਹ ਸਿਸਟਮ ਸੁਧਰ ਕਿਉਂ ਨਹੀਂ ਰਿਹਾ ਸਰਕਾਰ ਤੋਂ ਹੋ ਨਹੀਂ ਰਿਹਾ ਜਾਂ ਕਰ ਨਹੀਂ ਰਹੀ ਫਲਤੀ ਲੋਕਾਂ ਦੇ ਇਹ ਬੜਿਆ ਵੇ ਚੋਰੀ ਤੇ ਠੱਗੀ ਵਧੀ ਵੀ ਹੈ ਇਹਨਾਂ ਲੋਕਾਂ ਦੇ ਵਿੱਚ ਹੂੰ ਕੁੱਲ ਮਿਲਾ ਕੇ ਹੁਣ ਤੱਕ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਿਵੇਂ ਲੱਗਦਾ ਕਿ ਸਰਕਾਰ ਨੇ ਜਿਹੜੇ ਵਾਅਦੇ ਪੂਰੇ ਕਰਨ ਲਈ ਕਿਹਾ ਸੀ ਉਹ ਪੂਰੇ ਕਰਤੇ ਆ ਕਰੀ ਜਾਂਦੀ ਹੁਣ ਪੂਰੇ ਹੁਣ ਕਿਦਾਂ ਕਿੱਥੋਂ ਕਰਦੇ ਨਹੀਂ ਹਾਂ ਕਰੂਗੀ ਸਾਰੇ ਕਰੀ ਜਾਂਦੇ ਆ ਕਰੂਗੀ ਸਾਰੇ ਹਾਂ ਪਰ ਜੇ ਗੱਲ ਕਰੀਏ ਕਿ ਇੱਕ ਮਹੀਨੇ ਦੇ ਵਿੱਚ ਨਸ਼ਾ ਬੰਦ ਕਰਨ ਦੀ ਕਿਹਾ ਸੀ ਬੰਦ ਹੋ ਗਿਆ ਨਹੀਂ ਨਸ਼ਾ ਨੂੰ ਨਹੀਂ ਇਹ ਬੰਦ ਹੋਇਆਗਾ ਨਸ਼ਾ ਤਾਂ ਨਹੀਂ ਕਿੱਥੋਂ ਹੋ ਜੂ ਨਸ਼ਾ ਦਾ ਵੱਧ ਪਾਈ ਜਾਂਦੇ ਪੈਣਾ ਨੇਤੀ ਗੈਂ ਦਾ ਫਲਾਣਾ ਮਰ ਗਿਆ ਧਮਕਾ ਜੀ 24 ਘੰਟਿਆਂ ਦੇ ਵਿੱਚ ਬੇਇੱਜ਼ਤੀ ਦੇ ਇਨਸਾਫ ਦੀ ਗੱਲ ਕੀਤੀ ਸੀ ਕਿ ਲੱਗਦਾ ਕਿ ਉਹ ਮਿਲਿਆ ਉਹਨ ਕਰੀ ਜਾਂਦਾ ਹੁਣ ਪਾਇਨਾ 5-7 ਸਾਲ ਦਾ ਨਹੀਂ ਮਿਲੇਗਾ ਹੁਣ ਇਹ ਹੁਣ ਕਿੱਥੋਂ 5-4 ਮਹੀਨੇ ਕਰ ਦੇ ਜੀ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਕਿ 5-4 ਮਹੀਨੇ ਚ ਕਿਵੇਂ ਹੋਜੋ ਲੇਕਿਨ ਜਦੋਂ ਅਸੀਂ ਸਟੇਜਾਂ ਤੇ ਖੜ ਕੇ ਇਹ ਕਹਿੰਦੇ ਸੀ ਕਿ ਸਾਨੂੰ 24 ਘੰਟੇ ਦਿਓ ਅਸੀਂ 24 ਘੰਟੇ ਚ ਦੇ ਦਾਂਗੇ ਸਾਨੂੰ 1 ਮਹੀਨਾ ਤੋਂ ਨਸ਼ਾ ਬੰਦ ਕਰ ਦਾਂਗੇ ਪੰਜਾਬ ਚੋਂ ਫਿਰ ਹੁਣ ਤਾਂ 6 ਮਹੀਨੇ ਹੋ ਗਏ ਉਹ ਤਾਂ ਕਹੀ ਜਾਂਦੇ ਆ ਫਿਰ ਹੁਣ ਹੌਲੀ-ਹੌਲੀ ਹੋਊਗਾ ਐਡੀ ਕਿੱਥੋਂ ਹੁੰਦਾ ਅੱਛਾ ਤੁਹਾਨੂੰ ਮੁਆਵਜ਼ੇ ਮਿਲ ਕੇ ਉਹਦੇ ਤੇ ਮੂੰਗੀ ਤੇ ਨਹੀਂ ਮੂੰਗੀ ਵੀਜੀ ਨਹੀਂ ਸਾਨੂੰ ਕਾਹਦਾ ਮਿਲਣਾ ਹੁਣ ਮਿਲ ਗਿਆ ਲੋਕਾਂ ਨਾਲ ਹੂੰ ਕਾਲਾ ਸਾਡੇ ਹੀ ਗ੍ਰੈਸਟ ਆ ਰਹੀ ਹੈ ਅੱਛਾ ਜੀ ਉਹ ਸਾਡੇ ਖਾਤੇ ਪਾਤੇ ਪੈਸੇ ਹਮ ਸਾਰੇ ਪੈਸੇ ਜਿਹੜੇ ਛੋਣਾ ਗਿਆ ਸੀ ਕਿ ਮਸ਼ੀਨੀ ਵਜਾਈ ਕਰਨਗੇ ਉਹਨਾਂ ਨੂੰ ਵੀ ਮਿਲੂਗਾ ਉਹਨਾਂ ਨੂੰ ਮੈਨਾਂ ਮਿਲ ਗਏ ਉਹਨਾਂ ਹੁੰਦਾ ਜੀ ਹਾਂ ਉਹਨਾਂ ਨੂੰ ਮਿਲ ਗਏ ਹਮ ਠੀਕ ਪੈਸਾ ਬੀਜਿਆ ਨਹੀਂ ਸਾਰਾ ਸਾਡੇ ਦਾ ਸਾਡਾ ਦਾ ਬਜਾਅ ਥੋੜ੍ਹ ਗਿਆ ਸੀ ਹਮ ਠੀਕ ਯਾਨੀ ਮਿਲ ਹੀ ਗਏ ਉਹਨਾਂ ਨੂੰ ਤੁਹਾਨੂੰ ਲੱਗਦਾ ਹੈ ਸਰਕਾਰ ਚੰਗੇ ਕੰਮ ਕਰੋਗੀ ਵਧ ਗਿਆ ਵਧ ਗਿਆ ਰੱਗੇ ਉਹਦਾ ਵਧ ਗਿਆ ਨਾਲੇ ਭਾਈ ਮੰਨੀ ਜਾਂਦੇ ਹੋ ਕਿ ਹਜੇ ਨਿਸ਼ਾਨੀ ਮੁੱਕਿਆ ਹਜੇ ਇਨਸਾਫ ਨਹੀਂ ਮਿਲਿਆ ਨਾਲੇ ਆਖੀ ਜਾਂਦੇ ਚੰਗਾ ਉਹ ਫਿਰ ਉਹਨਾਂ ਸਾਰਾ ਕੰਮ ਇੱਕੇ ਦਾ ਤਾਂ ਹੁੰਦਾ ਹੀ ਨਹੀਂ ਜਣੇ ਹਮ ਹਾਂਜੀ ਗਾਹ ਨੂੰ ਆਜੋ ਬਾਪੂ ਜੀ ਸਤਿ ਸ੍ਰੀ ਅਕਾਲ ਕਰ ਲਾ ਸਤਿ ਸ੍ਰੀ ਅਕਾਲ ਕੋਈ ਗੱਲ ਨਹੀਂ ਇਹਨਾਂ ਨਾਲ ਵੀ ਕਰ ਲਾਂਗੇ ਤੁਸੀਂ ਦੱਸੋ ਕਿ ਤੁਹਾਨੂੰ ਕਿਵੇਂ ਲੱਗਦਾ ਸਰਕਾਰ ਬਾਰੇ ਸਰਕਾਰ ਠੀਕ ਹੈ ਜੀ ਹਾਂ ਨਸੇ ਪੱਤੇ ਆ ਜੀ ਵੱਡੀਆਂ ਕੰਪਨੀਆਂ ਵਾਲੇ ਵੱਡੇ ਬੈਠੇ ਨੇ ਦਿੱਲੀ ਚ ਕਿਤੇ ਵੀ ਹੈ ਉਹੀ ਲੈ ਲਿਆ ਕੇ ਵਾਲੇ ਕਰੀ ਜਾਂਦੇ ਆ ਇਹਦੇ ਭਗਵੰਦ ਮਾਨ ਦੇ ਨਾਲ ਪੈਰੀਂ ਨਹੀਂ ਲੱਗਣ ਦਿੰਦੇ ਉਹ ਵੱਡੀਆਂ ਤੁਸੀਂ ਆਨੇ ਭਗਵੰਦ ਮਾਨ ਸਾਹਿਬ ਦੇ ਪੈਰ ਨਹੀਂ ਲੱਗਣਦੇ ਤੇ ਲੇਕਿਨ ਭਗਵੰਦ ਮਾਨ ਸਾਹਿਬ ਤਾਂ ਗੁਰਜਰਾਤ ਚ ਜਾ ਕੇ ਗੜਬਾ ਕਰ ਰਿਹਾ ਤੇ ਇਹ ਵੀ ਕਰਦੇ ਰਹੇ ਆ ਜੀ ਹਾਂ ਕਰਦੇ ਦਾ ਇਹ ਵੀ ਸਾਰੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਗਲੀਆਂ ਦੇ ਵਿੱਚ ਚਿੱਟਾ ਲਾ ਕੇ ਗੜਬਾ ਹੋ ਰਿਹਾ ਉਹ ਕਿਉਂ ਨਹੀਂ ਦਿਖ ਰਿਹਾ ਤੇ ਅੱਗੇ ਕਿਹੜਾ ਨਹੀਂ ਲਾਉਂਦੇ ਸੀ ਅੱਗੇ ਕੱਲ ਤਾਂ ਇਹ ਸਰਕਾਰ ਨੇ ਕਿਹਾ ਸੀ ਨਾ ਕਿ ਇੱਕ ਮਹੀਨੇ ਚ ਅਸੀਂ ਸਾਫ਼ ਕਰ ਦਿਆਂਗੇ ਇੱਕ ਮਹੀਨੇ ਚ ਤਾਂ ਹੌਲੀ ਹੌਲੀ ਹੋਊਗਾ ਏਡੀ ਜੇ ਦੀ ਕਿੱਥੇ ਹੋ ਜਾਊਗਾ ਹਾਂ ਇੱਕ ਦਿਨ ਤਾਂ ਆਪਾਂ ਤੋਂ ਕਰਦਾ ਵੀ ਨਹੀਂ ਕੰਮ ਸੌਰ ਦਾ ਬਾਪੂ ਜੀ ਪਤਾ ਜਦੋਂ ਆਮ ਜਨਤਾ ਨੂੰ ਪਤਾ ਕਿ ਇੱਕ ਮਹੀਨੇ ਦੇ ਵਿੱਚ ਨਹੀਂ ਹੋਣਾ ਫਿਰ ਇਹ ਪੋਲੀਟੀਕਲ ਸਟੰਟ ਖੇਡਦੇ ਆਏ ਕਿ ਇਹ ਕਿਉਂ ਕਹਿੰਦੇ ਆ ਇਹ ਜੀ ਕਿ ਹੋੜੀ ਲਈ ਕਰ ਦੂਗਾ ਇਹ ਸਭ ਮੰਨਦੇ ਹੋ ਕਿ ਉਹ ਲਾਰਾ ਸੀ ਲਾਰਾ ਦਾ ਹੈ ਨਹੀਂਗਾ ਕਰੂਗਾ ਜੀ ਲਾਜ਼ਮੀ ਨਹੀਂ ਇੱਕ ਮਹੀਨੇ ਦੇ ਵਿੱਚ ਕਿਹਾ ਸੀ ਇੱਕ ਮਹੀਨੇ ਦੇ ਵਿੱਚ ਹੋਇਆ ਨਹੀਂ ਫਿਰ ਇਹ ਮੰਨਦੇ ਹੋ ਕਿ ਉਹ ਝੂਠ ਬੋਲਿਆ ਸੀ ਜਾਂ ਲਾਰਾ ਸੀ ਇਹ ਤਾਂ ਕਹਿਣਾ ਪਊਗਾ ਨਾ ਉਹ ਤਾਂ ਉਹਨੂੰ ਪਤਾ ਹੀ ਹੈ ਵੀ ਇਹ ਉਹ ਵੋਟਾਂ ਲੈਣ ਦੇ ਲਈ ਕਹਿਤਾ ਫਿਰ ਉਦੋਂ ਉਹ ਤਾਂ ਉਹਨੂੰ ਫੇ ਪਤਾ ਹੀ ਹੈ ਤੁਹਾਨੂੰ ਆਪਾਂ ਨੂੰ ਜਨਤਾ ਨੂੰ ਪਤਾ ਹੀ ਹੈ ਹੂੰ ਖੁੱਲ ਕੇ ਨਹੀਂ ਗੱਲ ਕਰ ਰਹੇ ਤੁਸੀਂ ਨਹੀਂ ਨਹੀਂ ਖੁੱਲ ਕੀ ਹੈ ਨਹੀਂ ਅਸਲ 'ਚ ਪਹਿਲਾਂ ਬੋਲੇ ਦਾ ਖੁੱਲ ਕੇ ਸੀ ਪਰ ਹੁਣ ਤਾਂ ਥੋੜੀ ਜਿਹੀ ਥੋੜਾ ਜਿਹਾ ਹੋ ਗਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਬਾਈ ਕੀ ਕਹੋਗੇ ਤੁਹਾਨੂੰ ਕਿਵੇਂ ਲੱਗਦਾ ਸਾਨੂੰ ਤਾਂ ਐਂ ਲੱਗਦਾ ਜਿਹੜਾ ਰੇਤਾ ਉਹ ਵੀ ਅਸਮਾਨੀ ਭਾਅ ਚੜ ਗਈ ਹੂੰ ਠੀਕ ਆ ਨਾ ਕੋਈ ਨਸ਼ਾ ਬੰਦ ਹੋਇਆ ਜੀ ਹੂੰ ਠੀਕ ਆ ਇਹਨੇ ਲਾਰੇ ਲਾਇਆ ਜਿੰਨੀਆਂ ਸਰਕਾਰਾਂ ਆਈਆਂ ਸਾਰੀਆਂ ਲਾਰੀ ਲਾਉਂਦੀਆਂ ਹੂੰ ਇਹਦਾ ਆਪਣੀ ਰਾਖੀ ਆਪ ਕਰੋ ਸਰਕਾਰਾਂ ਤੋਂ ਲਾਚਾ ਕਰੋ ਇਹ ਆਪਾਂ ਨੂੰ ਝੰਡੇ ਡੰਡਾ ਆਪਣਾ ਪਊਗਾ ਫੇਰੇ ਹੱਲ ਹੋਣਗੇ ਇਹ ਸਰਕਾਰਾਂ ਦਾ ਆਪਦੇ ਲੋਟੂ ਬਟੋਰਾ ਸਮਝ ਲਓ ਤੁਸੀਂ ਵੋਟਾਂ ਵਾਸਤੇ ਇਹ ਕਰਦੇ ਆ ਹੂੰ ਠੀਕ ਆ ਕੋਈ ਕਿਸੇ ਦਾ ਨਹੀਂਗਾ ਕੋਈ ਕਿਸੇ ਨੇ ਅਜੇ ਤੱਕ ਕੁਛ ਕਰਿਆ ਨਹੀਂ ਆ ਇੱਥੇ ਪੈਂਡ ਹੈਗਾ ਉੱਥੇ ਬੋਸਟ ਲਾਇਆ ਪਿਆ ਵੀ ਨਸ਼ਾ ਇੱਥੇ ਵਿਗਦਾ ਬਠਿੰਡੇ ਦੇ ਨਾਲ ਬਠਿੰਡੇ ਨਾਲ ਪੈਂਡ ਹੈਗਾ ਕਿਹੜਾ ਪੈਂਡ ਸੀ ਮੈਨੂੰ ਯਾਦ ਸੀ ਯਾਰ ਉਹ ਹਾਂ ਬਠਿੰਡੇ ਦੇ ਨਾਲ ਪੈਂਡ ਹੈ ਕੋਈ ਹੈਗਾਗਾ ਉੱਥੇ ਉਹ ਬੋਰਡ ਲਾਇਆ ਪਿਆ ਹੂੰ ਵੀ ਭਾਈ ਇੱਥੇ ਨਸ਼ਾ ਲੈ ਕੇ ਜਾਓ ਹੂੰ ਨਥਾਂ-ਥਾਂ ਕੋਹਣ ਤੱਕ ਇਹਦਾ ਮੁੰਡੇ ਖਾਂਦੇ ਹੁਣ ਕੁੜੀਆਂ ਵੀ ਖਾਈ ਜਾਂਦੀਆਂ ਨਸ਼ਾ ਬਿਲਕੁਲ ਹਰ ਤੀਜੇ ਚੌਥੇ ਦਿਨ ਅਸੀਂ ਵੀਡੀਓ ਵੇਖ ਸਕਦੇ ਆ ਕਿ ਕੁੜੀਆਂ ਦੀ ਵੀ ਵੀਡੀਓ ਆ ਰਹੀਆਂ ਨੇ ਆ ਰਹੀਆਂ ਨੇ ਪਰ ਜੋ ਆ ਇਹਨੇ ਵਾਅਦੇ ਕਰੇ ਆ ਜੀ ਤੇ ਕਰਦਾ ਨਹੀਂ ਪੂਰੇ ਉੱtre ਜੋ ਕਿਸਾਨਾਂ ਨਾਲ ਕਰੇ ਸੋ ਉਹ ਵੀ ਨਹੀਂ ਉੱtre ਕਿਸਾਨਾਂ ਨੂੰ ਉਹਨਾਂ ਨੇ ਕਿਹਾ ਸੀ ਤੁਹਾਨੂੰ ਮੁਆਵਜ਼ਾ ਦੇ ਦਾਂਗੇ ਗੰਨੇ ਦਾ ਉਹ ਨਹੀਂ ਦਿੱਤਾ ਗੰਨੇ ਦਾ ਕਿਹਾ ਸੀ ਮੂੰਗੀ ਦਾ ਕਿਹਾ ਸੀ ਕਿਹਾ ਸੀ ਉਹ ਧਰਨਾ ਤਾਂ ਹੀ ਲੱਗਿਆ ਹੋਇਆ ਉੱਥੇ ਸੰਗਰੂਰ ਇਹ ਧਰਨੇ ਦੀ ਜ਼ਿਕਰ ਕੀਤਾ ਤੁਸੀਂ ਸਰਕਾਰ ਬਣ ਤੇ ਮਾਨਸਾ ਵੀ ਕਹਿੰਦੇ ਨੇ ਕਿ ਸਾਡੀ ਸਰਕਾਰ ਰੋਣ ਦਿਓ ਧਰਨੇ ਲੱਗਣੋ ਹਟਾ ਦਾਂਗੇ ਤੁਸੀਂ ਧਰਨਾ ਭੁੱਲ ਜਾਓਗੇ ਕੀ ਹੁੰਦਾਗਾ ਲੇਕਿਨ ਲੱਗਦਾ ਕਿ ਭੁੱਲ ਗਿਆ ਕਿਸਾਨ ਧਰਨੇ ਲਾਉਣਾ ਕਿਸਾਨ ਤਾਂ ਹੀ ਭੁੱਲੂਗਾ ਜਿਹੜੇ ਆਪਣੇ ਨਾਲ ਬਾਹਰ ਦਿੱਲੀ ਕਰੇ ਸੀ ਨਾ ਉਹ ਤਾਂ મોદી ਨੇ ਪੂਰੇ ਕਰਿਆ ਨਾ ਇਹ ਪੰਜਾਬ ਸਰਕਾਰ ਨੇ ਪੂਰੇ ਕਰਿਆ ਕਿਸੇ ਨੇ ਨਹੀਂ ਕਰਿਆ ਤੇ ਕਰ ਇਹਨਾਂ ਨੇ ਕਿਹਾ ਸੀ ਉਹਦੇ ਸਮਝੌਤਾ ਆਇਆ ਸੀਗਾ 7 ਤਰੀਕ ਨੂੰ ਵੀ ਭਾਈ ਤੁਹਾਡੇ ਜਿਹੜੇ ਬਾਹਰੇ ਆ ਇਹ ਲੈਕਤੀ ਰੂਪ ਚ ਦੇ ਦੇ ਹੁਣ ਕਹਿੰਦੇ ਲਾਗੂ ਕਰੋ ਕਹਿੰਦੇ ਹੌਲੀ ਹੌਲੀ ਸਰਕਾਰਾਂ ਕਰਦੀਆਂ ਇੱਕੇ ਦਾਮ ਤਾਂ ਹੋਈ ਨਹੀਂ ਸਕਦਾ ਜੀ ਇਸੇ ਕਰਕੇ ਧਰਨਾ ਲਾਇਆ ਭਾਈ ਜਿਵੇਂ ਕੈਪਟਨ ਸਰਕਾਰ ਨੂੰ 4.5 ਸਾਲ ਬਾਅਦ ਪਤਾ ਲੱਗਾ ਕਿ ਲੋਕ ਵੀ ਹੈਗੇ ਨੇ ਲੋਕ ਵੀ ਜਾਂਉਂਦੇ ਨੇ ਕਿ ਇੱਥੇ ਇਹ ਤਾਂ ਨਹੀਂ ਲੱਗਦਾ ਕਿ ਇਹਨਾਂ ਨੂੰ ਵੀ ਇਹ ਹੋਵੇ ਕਿ 4.5 ਸਾਲ ਬਾਅਦ ਯਾਦ ਆਵੇ ਨਹੀਂ 4.5 ਸਾਲ ਤਾਂ ਅਜੇ ਤਾਂ ਆਪਾਂ ਟਾਈਮ ਦੇਈ ਗੀ ਇਹਨਾਂ ਨੂੰ ਇਹ ਅਖਿਰੇ ਇੱਕ ਦਾ ਫਰਜ਼ ਬਣਦਾ ਵੀ ਟਾਈਮ ਦਿਓ ਇਹਨੂੰ ਜਦੋਂ 4.5 ਸਾਲ ਹੋ ਗਏ ਉਦੋਂ ਬਾਅਦ ਇਹਨੂੰ ਫਿਰ ਪੁੱਛ ਲਾਂਗੇ ਕੀ ਭਾਈ ਤੂੰ ਉਹ ਜਿਹੜੀਆਂ ਵਾਅਦੇ ਕੀਤੇ ਸੀ ਉਦੋਂ ਤੀਕ ਤਾਂ ਲੋਕਾਂ ਦਾ ਦਿਵਾਲਾ ਨਿਕਲ ਜਾਓ ਦਿਵਾਲਾ ਤਾਂ ਹੁਣ ਵੀ ਨਿਕਲਿਆ ਪਿਆ ਪਹਿਲਾਂ ਵਾਲਿਆਂ ਨੇ ਵੀ ਕੱਢਿਆ ਸੀ ਇਹ ਤਾਂ ਦਿਵਾਲੇ ਨਿਕਲੀ ਜਾਣੇ ਆ ਭ ਠੀਕ ਹੈ ਨਾ ਪਰ ਬਾਕੀ ਅਗਲੀ ਕੀ ਸਰਕਾਰ ਨਾਲੋਂ ਕੁਝ ਠੀਕ ਆ ਉਹ ਆਪਾਂ ਪੂਰਾ ਨਹੀਂ ਕਹਿ ਸਕਦੇ 20% ਠੀਕ ਆ 80% ਦਾ ਜੋ ਹੀ ਹਾਲ ਆ ਜੀ ਸ਼ੁਕਰੀਆ ਭਾਈ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕਿਵੇਂ ਲੱਗਦਾ ਤੁਹਾਨੂੰ ਸਰਕਾਰ ਦੇ ਕੰਮਾਂ ਬਾਰੇ 6 ਮਹੀਨੇ ਦੇ ਸਰਕਾਰ ਵਧੀਆ ਸਰਕਾਰ ਨੂੰ ਟਾਈਮ ਦਿਓ ਜੀ 70 ਸਾਲ ਦਾ ਵਿਗੜਿਆ ਕੰਮ ਕਿੰਨੇ ਖੇਚੋ ਦਿੱਤਾ ਹੋਇਆ ਜੀ ਠੀਕ ਹੈ ਨਾ ਹੋਰ ਜਿਹੜੇ ਬਾਧੇ ਕਿਤੇ ਇਹਨਾਂ ਨੂੰ ਜਿਹੜੀ ਕੀਤੀ ਇਹਨਾਂ ਨੇ ਬਿਜਲੀ ਮਾਫ ਉਹ ਸਾਰੇ ਸਾਰਿਆਂ ਨੂੰ ਕਰਨੀ ਚਾਹੀਦੀ ਆ ਠੀਕ ਹੈ ਇਹ ਨਹੀਂ ਵੀ ਜਿੰਨੀ ਵੱਧ ਜੂਨਟ ਦੇ ਪੈਸੇ ਲੈਣੇ ਠੀਕ ਹੈ ਜੀ ਬਾਕੀ ਜਿਹੜੇ ਹੋਰ ਕੰਮ ਆ ਇਹਨਾਂ ਦੇ ਉਹ ਠੀਕ ਕੰਮ ਹੈ ਕੋਈ ਮਾੜੇ ਨਹੀਂ ਕੰਮ ਬਾਪੂ ਜੀ ਬੇਅਦਵੀ ਦਾ ਇਨਸਾਫ ਕਿਹਾ ਸੀ ਇੱਕ 24 ਘੰਟੇ ਦੇ ਵਿੱਚ ਉਹ ਕਿਉਂ ਨਹੀਂ ਮਿਲਿਆ ਇਹ ਆਪਦੀ ਕੀ ਨਹੀਂ ਕੀਤਾ 24 ਘੰਟੇ ਚ ਕੌਣ ਕਰੂਗਾ ਜਦੋਂ ਉਹ ਜੇਜੀਵਾਲ ਸਾਹਿਬ ਕਹਿੰਦੇ ਨੇ ਕਿ ਸਾਨੂੰ ਸਮਾਂ ਦਿਓ ਹਾਂ ਉਹਨਾਂ ਨੇ 15 ਸਾਲਾਂ ਜੀ ਨਹੀਂ ਕੀਤਾ ਫਿਰ ਕਿਹਾ ਕਿਉਂ ਜੀ ਗੱਲ ਇਹ ਨਹੀਂ ਕਰਦੇ ਠੀਕ ਆ ਕਿ ਹਜੇ ਸਰਕਾਰ ਵੋਟਾਂ ਦੇ ਮਾਰੇ ਸਾਰਾ ਕੁਝ ਕਰਦੇ ਹੁੰਦੇ ਮੰਨਦੇ ਹੋ ਕਿ ਵੋਟਾਂ ਮਾਰੇ ਕਿਹਾ ਸੀ ਵੋਟਾਂ ਦੇ ਮਾਰੇ ਸਾਰਾ ਕੁਝ ਕਰ ਦਿੰਦੇ ਜਦੋਂ ਵੋਟ ਪਉਂਦੀ ਨਹੀਂ ਹੁਣ ਵੀ ਸਰਕਾਰ ਲੋਕ ਉਲਟ ਹੋਣਗੇ ਨਸ਼ੇ ਬਾਰੇ ਕੀ ਖਿਆਲ ਆ ਉਹਦੇ ਬਾਰੇ ਕੀ ਕਹੋਗੇ ਨਸ਼ਾ ਚੱਲਦਾ ਨਸ਼ਾ ਵੀ ਚੱਲੂਗਾ ਜੀ ਜਦੋਂ ਪਹਿਲਾਂ ਜਦੋਂ ਵੇਚਦਾ ਕੌਣ ਆ ਅਫਸਰ ਦੂਜੇ ਪੇ ਦੇ ਆ ਲੀਡਰ ਵੇਚਦੇ ਆ ਹੁਣ ਤਾਂ ਅਫਸਰ ਸਾਹਿਬ ਇਹਨਾਂ ਦੇ ਹੱਥਾਂ 'ਚ ਰੋਕ ਸਕਦੇ ਆ ਕੱਖ ਨਹੀਂ ਹੂੰ ਇਹਦੇ ਹੱਥ ਆ ਜੀ ਸਾਰੇ ਖਿਲਾਫ ਆ ਇਹਨਾਂ ਦੇ ਜੀ ਠੀਕ ਆ ਨਾ ਇਹਨਾਂ ਦੇ ਜਿਹੜੇ ਅਫਸਰ ਭ੍ਰਸ਼ਟਾ ਸਾਰੇ ਉਹ ਵੀ ਖਿਲਾਫ ਆ ਤੇ ਲੋਕ ਵੀ ਜਿਹੜੇ ਖਾਣ ਵਾਲੇ ਉਹ ਵੀ ਖਿਲਾਫ ਆ ਠੀਕ ਆ ਇਹਦਾ ਇਮਾਨਦਾਰ ਬੰਦੇ ਜਿਹੜੇ ਹੋਣਗੇ ਕੁਝ ਜਿਨ ਨੇ ਉਹ ਉਹਨਾਂ ਦੇ ਹੱਕ ਜਾ ਦੂਜੇ ਨਹੀਂ ਜੀ ਅੱਛਾ ਜਿਹੜੇ ਇਹਨਾਂ ਦੇ ਖਿਲਾਫ ਆ ਉਹ ਇਮਾਨਦਾਰ ਨਹੀਂਗੇ ਨਹੀਂ ਮੈਨੂੰ ਤਾਂ ਸਭ ਤੇ ਲੱਗਦੀ ਨਹੀਂ ਜੀ ਅੱਛਾ ਚਲੋ ਜਿਹੜੀ ਹੁਣ ਸਰਕਾਰ ਕਾਂਗਰਸ ਕੀ ਕਰਦੀ ਰਹੀ ਆ ਜਾਂ ਜਿਹੜੇ ਕਾਲੀ ਕੀ ਕਰਦੇ ਰਹੇ ਆ ਠੀਕ ਹੈ ਨਾ ਤੇ ਹੁਣ ਇਹਨਾਂ ਨੂੰ ਮਾੜਾ ਦੱਸਦੇ ਨੂੰ ਚੱਲਣ ਤਾਂ ਦੇਣ ਦਿਓ ਕੋਈ ਸਾਲ 6 ਮਹੀਨੇ ਕੋਈ ਚੱਲੇ ਦੋ ਸਾਲ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਆ ਕਿ ਸਮਾਂ ਦੇਣਾ ਚਾਹੀਦਾ 6 ਮਹੀਨਿਆਂ ਦੇ ਵਿੱਚ ਨਹੀਂ ਕੁਝ ਹੋ ਸਕਦਾ 6 ਮਹੀਨਿਆਂ ਦੇ ਵਿੱਚ ਆਪਦਾ ਸਿਸਟਮ ਠੀਕ ਕਰਨਗੇ ਕਿ ਕਿੱਧਰ ਕੀ ਕਰਨਾ ਲੇਕਿਨ ਮੇਨ ਗੱਲ ਇਹ ਆਉਂਦੀ ਆ ਕਿ ਜੇ ਪਰਿਵਾਰਵਾਦ ਦੀ ਗੱਲ ਇਹ ਬੜਾ ਲੱਗਦੇ ਸੀ ਬਾਦਲਾਂ ਤੇ ਕਿ ਪਰਿਵਾਰਵਾਦ ਚੱਲਦਾ ਇਹਨਾਂ ਦਾ ਇਹ ਸਕਿਉਰਟੀਆਂ ਦੀ ਗੱਲ ਕਰਦੇ ਲੇਕਿਨ ਇਹਨਾਂ ਨੇ ਕਿਉਂ ਨਹੀਂ ਰੋਕਿਆ ਉਸ ਚੀਜ਼ ਨੂੰ ਕਿਹੜੀ ਨੂੰ ਪਰਿਵਾਰਵਾਦ ਨੂੰ ਪਰਿਵਾਰਵਾਦ ਕੀ ਹੈ ਇਹਨਾਂ ਚ ਕਿਹੜਾ ਤੁਸੀਂ ਫਿਰ ਇਹਦਾ ਮਤਲਬ ਤੁਸੀਂ ਹਜੇ ਫਿਰ ਉਹ ਉਹ ਗੱਲ ਜਾਂਚਿਆ ਨਹੀਂ ਉਸ ਗੱਲ ਨੂੰ ਪਰਿਵਾਰਵਾਦ ਦੀ ਗੱਲ ਕਰਦੇ ਆ ਵੀਆਈਪੀ ਕਲਚਰ ਦੀ ਗੱਲ ਕਰਦੇ ਆ ਆਪਣੀ ਭੈਣ ਨੂੰ ਤੇ ਘਰ ਕਿਹਦੀ ਘਰ ਵਾਲੀ ਕੋਲੇ ਉਹ ਗੱਡੀ ਆ ਜਿਹੜੀ 1.5-2 ਕਰੋੜ ਦੀ ਆਉਂਦੀ ਆ ਫਿਰ ਉਹ ਉਹ ਕਹਿ ਦਿੰਦੇ ਸੀ ਜਦੋਂ ਮੇਰਾ ਯਾਰ ਦੂਜੇ ਲਈ ਬੈਠੇ ਆ ਇਹ ਇਹ ਲੈ ਲੈ ਤਾਂ ਕੀ ਆ ਠੀਕ ਹੈ ਨ ਗੱਲ ਤਾਂ ਇਹ ਵੀ ਜਿਦ ਤੱਕ ਉਹਨਾਂ ਕੋਲੇ ਹੈ ਨਹੀਂ ਕੁਝ ਫੇਰ ਤਾਂ ਇੱਕ ਦੂਜੇ ਨੂੰ ਕਹੋ ਹੁਣ ਜਿਹੜੇ ਬੰਦੇ ਸਾਰੇ ਇਹ ਹੈਗੇ ਆ ਜਿੰਨੇ ਚਿਰ ਚੱਲਦੇ ਆ ਉਹਨਾਂ ਨੂੰ ਚੱਲਣ ਦਿਓ ਸਾਲ ਤੋਂ ਸਾਲ ਵੇਖੋ ਫੇਰ ਜੇ ਨਾ ਇਹਨਾਂ ਦਾ ਉਲਟ ਜਿਹਾ ਕੰਮ ਫੇਰ ਬਦਲੀ ਜਾਓ ਬਸ ਫਿਰ ਅਸਲ ਚ ਪੁੱਛਣਾ ਸਾਰਾ ਮੇਰਾ ਇਹਨਾਂ ਨਾਲ ਵੀ ਗੱਲ ਕਰ ਲੈਣਾ ਕੋਈ ਗੱਲ ਨਹੀਂ ਦੁਬਾਰਾ ਤੁਹਾਡੇ ਨਾਲ ਵੀ ਆਮ ਜੀ ਸਤਿ ਸ਼੍ਰੀ ਅਕਾਲ ਉਹਨਾਂ ਨਾਲ ਗੱਲ ਤਾਂ ਤੂੰ ਵੀ ਕਰ ਲੈ ਨਹੀਂ ਆਪਾਂ ਬੋਲੇ ਨਹੀਂ ਕਿਤੇ ਚੱਲ ਕੋਈ ਗੱਲ ਨਹੀਂ ਬਾਪੂ ਤੁਹਾਨੂੰ ਕਿਵੇਂ ਲੱਗਦਾ ਜੀ ਤਾਂ ਬੁਣੀ ਗੱਲਾਂ ਉਹ ਸੱਤ ਰਾਂ ਨੂੰ ਬੁਲਾਏ ਨਹੀਂ ਨਹੀਂ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਕੀ ਹਾਲਾ ਵਧੀਆ ਜੀ ਬਾਪੂ ਦੀਆਂ ਗੱਲਾਂ ਨੇ ਕਿਵੇਂ ਸਹਿਮਤੋਂ ਬਾਪੂ ਦੀਆਂ ਅੱਧੀਆਂ ਗੱਲਾਂ ਦਾ ਸਹਿਮਤ ਵੀ ਹੈ ਜੀ ਤੇ ਅੱਧੀਆਂ ਕਿ ਨਹੀਂ ਜੀ ਜੀ ਕਿਹੜੀ ਨਾਲ ਸਹਿਮਤ ਹੋ ਦੱਸੋ ਸਹਿਮਤ ਤਾਂ ਵੀ ਇਹ ਸਰਕਾਰ ਬਹੁਤ ਚੰਗੀ ਆਈ ਹੈ ਸਰਕਾਰ ਸਾਨੂੰ ਹੀ ਲੱਗਦੀ ਬਹੁਤ ਚੰਗੀ ਆਈ ਹੈ ਅਸੀਂ ਵੋਟਾਂ ਪਾਈਆਂ ਇਹਨਾਂ ਨੂੰ ਕਾਲੀ ਦਾਲ ਨੂੰ ਕਾਂਗਰਸ ਨੂੰ ਪਹਿਲਾਂ ਪਾਉਂਦੇ ਹੁੰਦੇ ਸੀ ਇਹਨਾਂ ਨੇ ਵੀ 24 ਘੰਟਿਆਂ ਦੇ ਬੇਅਦਵੀ ਦਾ ਮਾਹੌਲ ਹੋਰ ਸਹੂਲਤਾਂ ਦਿੱਤੀਆਂ ਜਾਣੀਆਂ ਵੋਟਾਂ ਹੀ ਪਾਤੀਆਂ ਜੀ ਹੁਣ 6 ਮਹੀਨੇ ਹੋ ਗਏ ਨਾ ਤਾਂ ਬੇਅਦਬੀ ਦਾ ਕੋਈ ਹੈ ਨਾ ਜਿਹੜਾ ਬੀਬਗਣਾ ਵਾਅਦੇ ਕੀਤੇ ਪੈਲਸਣ ਦੇ ਵੀ ਉਹ ਉਹਨਾਜ ਉਹ ਪੂਰਾ ਹੋਇਆ ਇੱਕ ਜਿਹੜਾ ਬਿਜਲੀ ਦੀਆਂ ਯੂਨਟਾਂ ਮਾਫ ਕੀਤੀਆਂ ਨੇ ਇਹ ਵੀ ਅਸੀਂ ਇਹਨਾਂ ਵੀ ਇਹਨਾਂ ਨੇ ਗਲਤ ਕੀਤੀਆਂ ਇਹ ਅਧੀਆਂ ਯੂਨਟਾਂ ਦਾ ਰੇਟ ਘਟਾ ਦਿੰਦੇ ਸਰਕਾਰ ਨੂੰ ਆਮਦਨ ਹੁੰਦੀ ਜਿਹੜਾ ਬੱਸਾਂ ਦੇ ਕਿਰਾਏ ਆ ਇਹ ਵੀ ਮਾਫ ਨਹੀਂ ਕਰਨੀ ਚਾਹੀਦੀ ਉਹ ਤਾਂ ਕੈਪਟਨ ਸਾਹਿਬ ਨੇ ਕਰਤੇ ਸੀ ਨਾ ਇਹ ਹੁਣ ਇਹ ਨਹੀਂ ਸਰਕਾਰ ਆਈ ਹੁਣ ਬਦਲਨੇ ਚਾਹੀਦੇ ਸੀ ਇਹਨਾਂ ਨੂੰ ਰੂਲ ਇਹ ਉਹਨਾਂ ਰੂਲਾਂ ਤੇ ਫੇਰ ਚੱਲੀ ਜਾਂਦੇ ਆ ਜੀ ਇਹ ਆਪਦੀ ਸਰਕਾਰ ਚ ਰੂਲ ਬਦਲਨੇ ਚਾਹੀਦੇ ਸੀ ਇਹਨਾਂ ਨੂੰ ਜੀ ਅੱਛਾ ਭਾਈ ਇੱਕ ਹੋਰ ਗੱਲ ਕਿ ਜਗਾ ਜਗਾ ਤੇ ਬੋਰਡ ਲੱਗੇ ਨੇ ਕਿ ਅਸੀਂ ਨੌਕਰੀਆਂ ਦੇਤੀਆਂ ਸਾਡਾ ਕੰਮ ਬੋਲਦਾ ਉਹ ਨੌਕਰੀਆਂ ਦਿੱਤੀਆਂ ਪਿੰਡ ਚ ਜਾਂ ਕੰਮ ਬੋਲਦਾ ਸੁਣਿਆ ਤੁਹਾਨੂੰ ਸਾਡੇ ਦਾ ਜੈਤੋ ਬਲਾਗ ਚ ਜੀ ਕਿਸੇ ਨੂੰ ਨੌਕਰੀ ਮੇਰੇ ਹਿਸਾਬ ਚ ਨਹੀਂ ਮਿਲੀ ਜੀ ਹੂੰ ਇਹ ਤਾਂ ਇਕੱਲੇ ਬੋਰਡ ਹੀ ਲੱਗੇ ਰਹੇ ਸੜਕਾਂ ਦੇ ਬਸ ਬੋਰਡਾਂ ਦੇ ਵੀ ਖਿਲਾਫ ਸੀ ਮਾਨ ਸਰਕਾਰ ਦੀ ਇਹ ਮਾਨ ਸਰਕਾਰ ਦੀ ਆਮ ਆਦਮੀ ਦੀ ਸਰਕਾਰ ਬੋਰਡਾਂ ਦੇ ਵੀ ਖਿਲਾਫ ਸੀ ਕਿ ਜਿਹੜੀਆਂ ਮਸ਼ਹੂਰੀਆਂ ਕਰਦੀਆਂ ਪੈਸਾ ਇਨਵੈਸਟ ਹੋ ਰਿਹਾ ਲੇਕਿਨ ਅੱਜ ਦੇਖੀਏ ਤਾਂ ਸਭ ਤੋਂ ਵੱਧ ਇਹਨਾਂ ਦੇ ਬੋਰਡ ਲੱਗੇ ਹੋਏ ਨੇ ਹਾਂ ਲੱਗੇ ਹੋਏ ਜੈਤੋ ਲੱਗੇ ਬਹੁਤ ਵੱਡੇ ਵੱਡੇ ਸਾਡਾ ਕੰਮ ਬੋਲਦਾ ਹੂੰ ਤਾਨੂੰ ਸੁਣਿਆ ਉਹ ਕੰਮ ਬੋਲਦਾ ਨਾ ਸਾਨੂੰ ਤਾਂ ਗੱਲ ਸੁਣਿਆ ਨਹੀਂ ਜੀ ਸਾਡਾ ਤਾਂ ਐਸਟੇਮ ਹੋ ਗਿਆ ਜੈ ਤੋਂ 2 ਮਹੀਨੇ ਹੋ ਗਏ ਦਫ਼ਤਰ 'ਚ ਨਹੀਂ ਬੈਠਾ ਹੂੰ ਹੋਰ ਤਾਂ ਅਫਸਰ ਬਹਿਣਾ ਕੀ ਹੈ ਜੀ ਤੇ ਰਿਸ਼ਵਤਖੋਰੀ ਦਾ ਕੀ ਕਿਵੇਂ ਲੱਗਦਾ ਰਿਸ਼ਵਤਖੋਰੀ ਅੱਗੇ ਰਿਸ਼ਵਤਖੋਰੀ ਲੈ ਕੇ ਕੰਮ ਹੋ ਜਾਂਦਾ ਈ ਹੁਣ ਰਿਸ਼ਵਤਖੋਰੀ ਇਹਨਾਂ ਦਾ ਪੈਸੇ ਲੈਂਦੇ ਆ ਨਾ ਕੰਮ ਕਰਦੇ ਆ ਹੂੰ ਆਹ ਕੰਮ ਹੈ ਸਰਕਾਰ 'ਚ ਦਾ ਚਲੋ ਹਲੇ ਸਮਾਂ ਥੋੜਾ ਹੈ ਆਪਾਂ ਮੰਨਦੇ ਆ ਇਹ ਗੱਲ ਨੂੰ ਕਿ ਹੋਰ ਸਮਾਂ ਦਿੰਨੇ ਆ ਸਰਕਾਰ ਨੂੰ ਕੋਈ 2 ਸਾਲ ਦੇਖਦੇ ਆ ਕਿ ਲੱਗਦਾ ਕਿ 2 ਸਾਲਾਂ 'ਚ ਸੁਧਾਰ ਹੋ ਜਾਉ ਨਹੀਂ ਮੇਰੇ ਹਿਸਾਬ 'ਚ ਤਾਂ ਹੁੰਦਾ ਜਾਂਦਾ ਈ ਇਹ ਇਹ ਤਾਂ ਮੁਸ਼ਕਲੇ ਆਪਣਾ ਪੰਜਾਬ ਹੈ ਨਾ ਜਿਹੜੇ ਨਈ ਸੁਧਾਰ ਚਾਹ। ਕੀ ਹੱਲ ਕੀ ਲੱਗਦਾ ਬਈ ਕਿਵੇਂ ਹੱਲ ਹੋ ਸਕਦਾ ਇਹ ਚੀਜ਼ਾਂ ਦਾ? ਹੱਲ ਬਸ ਕੋਈ ਹੱਲ ਨਹੀਂ ਦਾ ਬਸ ਬਚੋ ਇਹਨਾਂ ਤੋਂ ਜੀ ਬਚੀ ਦੇ ਦੋ। ਫਿਰ ਆਬ ਆਪ ਲਾਠੀ ਚੱਕ ਲਈਏ। ਹਾਂ ਆਪ ਚੱਕੋ ਬਸ। ਜੀ। ਜਿਵੇਂ ਕਿਸਾਨ ਜੁੜੇ ਵਾਲੇ ਚੱਕਦੇ ਹੋਵੇਂ ਚੱਕੜੀਆਂ ਪੈਣਗੀਆਂ। ਹੂੰ। ਸਰਕਾਰ ਨੂੰ 6 ਮਹੀਨੇ ਹੋ ਗਏ 7ਵਾਂ ਮਹੀਨਾ ਜਾ ਰਿਹਾ ਹੈਗਾ। ਕੀ ਲੱਗਦਾ ਕਿ 7 ਮਹੀਨਿਆਂ ਚ ਕੰਮ ਹੋਇਆ ਕੋਈ? ਯਾਰ ਇਹ ਤਾਂ ਨਹੀਂ ਗੱਲ ਮੈਂ ਨਹੀਂ ਮਗੋ। ਤੁਸੀਂ ਕੀ ਕਹੋਗੇ ਬਈ? ਕੰਮ ਦਾ ਯਾਰ ਹੋਇਆ ਜਿਹੜੀਆਂ ਦੂਜੀਆਂ ਵਿਰੋਧੀ ਪਾਰਟੀਆਂ ਨਾਲ ਉਹ ਨਹੀਂ ਮੰਨ ਰਹੀਆਂ ਉਹ ਆਹ ਦੀਆਂ ਇਹਦੇ ਪਤਾ ਨਹੀਂ ਤਾਂ ਮਗਰਪੀਆਂ ਪਾਰਟੀ ਦੇ ਅੱਛਾ ਜੀ ਵੀ ਕਹਿ ਦਿੰਦੀਆਂ ਵੀ ਕੋਈ ਮਾੜੇ ਮਾੜਾ ਜਿਹਾ ਮੁੱਦਾ ਹੁੰਦਾ ਉਹੀ ਗੱਲ ਚੱਕ ਲੈਂਦੀਆਂ ਤੇ ਆਪਦੇ ਆਪ ਦਾ ਮੇਲਾ ਭੁੱਲ ਗਏ ਉਹ ਹਾਂ ਆ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਤੁਹਾਨੂੰ ਲੱਗਦਾ ਕਿ ਸਹੀ ਹੈ ਕਿ ਕਈ ਕੰਮ ਚੰਗੇ ਆ ਵਿੱਚ ਚੰਗੇ ਕਿਹੜੇ ਚੰਗੇ ਗਿਣਾ ਦਿਓ ਜੀ ਚੰਗੇ ਹੁਣ ਜਿਹੜੇ ਇਹਨਾਂ ਨੇ ਆ ਕੱਲ ਹੀ ਆਇਆ ਵੀ ਅਫਸਰਾਂ ਨੇ ਮੂਹਰੇ ਲਿਖ ਕੇ ਲਾਤਾ ਪਾਰਚ ਵੀ ਅੰਦਰ ਤੁਸੀਂ ਮੋਬਾਈਲ ਨਹੀਂ ਲਿਆ ਜਾ ਸਕਦਾ ਪਕਵਾਨ ਤਮਾਰ ਨੇ ਕੱਲ ਐਲਾਨ ਕਰਿਆ ਵੀ ਜਿਹੜਾ ਬੰਦਾ ਅਫਸਰ ਲੈ ਕੇ ਲਾਉਂਦਾ ਵੀ ਅਸੀਂ ਮੋਬਾਈਲ ਨਹੀਂ ਜਾਣਾ ਉਹ ਕਰਪਸ਼ਨ ਕਰਪਸ਼ਨ ਕਰਦਾ ਬੰਦਾ ਹੁਣੇ ਕਿਹਾ ਵੀ ਰੋਟ ਰੋਕ ਨਹੀਂ ਹਾਂ ਮੋਬਾਈਲ ਅੰਦਰ ਲੈ ਕੇ ਜਾਓ ਜੀ ਇਹ ਇਹ ਗੱਲ ਚੰਗੀ ਹੈ ਹੂੰ ਹੋਰ ਵੀ ਚੰਗੀਆਂ ਹੈਗੀਆਂ ਵਿੱਚ ਜੀ ਅੱਛਾ ਜਦੋਂ ਸਰਕਾਰ ਬਣਦੀ ਆ ਕਹਿੰਦੀ ਆ ਕਿ 24 ਘੰਟੇ ਦੇ ਵਿੱਚ ਬੇਇੱਜ਼ਤੀ ਦਾ ਇਨਸਾਫ ਦੇਵਾਂਗੇ ਇੱਕ ਮਹੀਨੇ ਦੇ ਵਿੱਚ ਪੰਜਾਬ ਚੋਂ ਨਸ਼ਾ ਖਤਮ ਕਰ ਦੇਾਂਗੇ ਨਸ਼ਾ ਖਤਮ ਹੋ ਗਿਆ ਨਸ਼ਾ ਤਾਂ ਨਹੀਂ ਭਰਾਵਾ ਖਤਮ ਹੋਇਆ ਨਹੀਂ ਲੱਗਦਾ ਨਸ਼ੇ ਬਾਰੇ ਹੋਰਿਆ ਦੱਸ ਦੇ ਉਦੋਂ ਆਪਾਂ ਤਾਂ ਜਾਣਦੇ ਨਹੀਂ ਇੱਥੇ ਵੇਨੇ ਆ ਇਹਦੇ ਮੋਬਾਈਲ 'ਚ ਵੇਨੇ ਆ ਕਈ ਗਰੀ ਉਹ ਭਾਏ ਆ ਕੇ ਇੱਕ ਬੁੜੀਏ ਕੇ ਬਾਰੀਬੀ ਦੀ ਚਿਟਾ ਦੇਈ ਜਾਂਦੀ ਐ ਅਗ 500 ਰੁਪਇਆ ਦਿੱਤਾ ਤਾਂ ਉਹਨੇ ਚਿਟਾ ਦਿੱਤਾ ਭਾਂਜੋ ਆਉਂਦਾ ਪਤਾ ਨਹੀਂ ਕਿੱਥੋਂ ਸਮਝ ਨਹੀਂ ਆ ਪਤਾ ਨਹੀਂ ਬਾਈ ਰੋਗ ਲੱਗ ਰਿਹਾ ਕੀ ਲੱਗਦਾ ਕਿ ਸਿਸਟਮ ਕਿਉਂ ਨਹੀਂ ਰੋਕ ਰਿਹਾ ਰੋਗ ਦਾ ਯਾਰ ਹੁਣ ਇਹ ਅੱਗੇ ਜਿਹੜੇ ਡਰੋਨਾਂ ਰਹੀ ਆਉਂਦਾ ਇਧਰ ਤਰਨ ਤਰਨਾਂ ਨਹੀਂ ਅੰਬਰ ਸਾਣੀ ਦਾ ਬੜਾ ਦਾ ਜਿੱਥੇ ਚਿੜੀ ਵੀ ਨਹੀਂ ਜਾ ਸਕਦੀ ਇਧਰ ਉਧਰ ਉਥੇ ਡਰੋਨ ਕੰਮ ਕਰ ਰਹੇ ਆ ਇਹ ਨਹੀਂ ਪਤਾ ਹੁਣ ਕੀ ਕਹਦਾ ਸੁਣਿਆ ਇਹਦੇ ਚ ਵੀ ਆਖੇ ਨੇ ਵੀ ਡਰੋਨਾਂ ਰਹੀ ਆ ਜਾਂਦਾ ਉਹ ਚਿੱਟੇ ਚਿੱਟਾ ਉਹਦੇ ਕੇਸ ਪਾਤਰ ਲੱਖੇ ਤੇ ਅਗੇ ਡਰੋਨਾਂ ਰਹੀ ਦੇ ਕੋਲ ਹਥਿਆਰ ਆਉਂਦੇ ਆ ਡਰੋਨਾਂ ਰਹੀ ਚਿੱਟਾ ਆਉਂਦਾ ਪਤਾ ਨਹੀਂ ਉਹ ਆਪਾ ਆਪਾ ਆਉਂਦਾ ਨੇ ਨਹੀਂ ਹੁੰਦਾ ਕੀ ਹਿਸਾਬ ਕਰਦਾ ਵਾ ਪਤਾ ਨਹੀਂ ਆਪਾਂ ਡਰੋਨਾਂ ਬਾਰੇ ਨਹੀਂ ਜਾਣਦੇ ਇੰਨਾ ਬੜਾ ਐਵੇਂ ਕਹਿ ਦੀ ਅੱਛਾ ਜੇ ਗੱਲ ਹੋਰ ਕਰੀਏ ਕਿ ਨੌਕਰੀਆਂ ਕਿਆ ਕਿ ਪੰਜਾਬ ਦੇ ਮੁੰਡਿਆਂ ਚ ਨੌਕਰੀਆਂ ਦੇਤੀਆਂ ਬੋਰਡ ਲੱਗੇ ਨੇ ਜਗਾ ਜਗਾ ਤੇ ਕੰਮ ਬੋਲਦਾ ਸਰਕਾਰ ਦਾ ਕੰਮ ਤੁਹਾਨੂੰ ਸੁਣਿਆ ਬੋਲਦਾ ਆ ਸੁਣਿਆ ਇਹ ਤੇ ਟੀਵੀ 'ਚ ਵੀ ਦਿੱਤੀਆਂ ਨੌਕਰੀਆਂ ਹੁਣ ਨਹੀਂ ਪਿੰਡ 'ਚ ਮਿਲੀ ਕਿਸੇ ਨੂੰ ਸਾਡੇ ਪਿੰਡ 'ਤੇ ਨਹੀਂ ਯਾਰ ਆਪਣੇ ਤਾਂ ਨਹੀਂ ਮਿਲੀਆਂ ਸਾਡੇ ਹਲਕੇ 'ਚ ਸਾਡੇ ਤਾਂ ਨਹੀਂ ਸੁਣਿਆ ਆਪਣੇ ਕੋਲ ਮਿਲੀ ਕੀ ਦੇ ਮਿਸਤਰਾਂ ਨੂੰ ਮਿਲੀ ਆ ਅੱਛਾ ਕੀ ਕੰਮ ਮਿਲ ਗਿਆ ਨੂੰ ਉਹਨੂੰ ਆ ਅਧਿਆਪਕ ਦੀ ਨੌਕਰੀ ਮਿਲੀ ਆ ਪਹਿਲਾਂ ਤੇ ਆਪਕੇ ਸੀਗਾ ਕੱਚੇ ਤੇ ਆਪਕੇ ਪੱਕੇ ਹੋਏ ਆ। ਨੇ ਇਹਨੇ ਅਪਲਾਈ ਕੀਤਾ ਸੀ ਉਦਾਂ। ਬਿਲਕੁਲ। ਨਵਾਂ ਕੀਤਾ। ਅੱਛਾ ਭਾਈ ਹੋਰ ਕਮਾਵਾਰੇ ਕੀ ਕਹੋਗੇ ਸਰਕਾਰ ਦੇ? ਹੋਰ ਠੀਕ ਆ ਬਿਜਲੀ ਆਗ ਵਧੀਆ ਦਿੱਤੀ ਆ। ਅੱਗੇ ਤਾਂ ਮੈਂ ਕਹਿੰਦੇ ਸੀ ਕੱਟ ਹੋ ਗਿਆ। ਹੂੰ। ਪਿੱਛੋਂ ਬੰਦ ਹੋ ਗਈ, ਕੋਲਾ ਮੁੱਕ ਗਿਆ। ਇਹਨਾਂ ਨੇ ਤਾਂ ਇਹ ਕਿਹਾ ਨਹੀਂ। ਪਰ ਪੰਜਾਬ ਦਾ ਵੱਡਾ ਮੁੱਦਾ, ਪੰਜਾਬ ਦਾ ਵੱਡਾ ਮੁੱਦਾ ਸੀ ਨਸ਼ਾ। ਕਿ ਨਸ਼ਾ ਮੁੱਕਿਆ? ਨਹੀਂ ਨਸ਼ਾ ਘਟਦਾ ਗਿਆ ਕਿਉਂਕਿ ਕੰਟਰੋਲ ਬਹੁਤ ਕਰੀ ਜਾਂਦੇ। ਬਾਈਆਂ ਦਾ ਵੱਧ ਗਿਆ। ਨਹੀਂ ਕਾਟਿਆ ਜਾ ਕਰੋ। ਪਤਾ ਕਿੱਦਾਂ? ਨਹੀਂ ਨਹੀਂ ਘਟ ਗਿਆ ਘਟ ਗਿਆ। ਨਹੀਂ ਜੋ ਹੈ ਉਹ ਗੱਲ ਕਰੋ ਮੇਰੀ ਗੱਲ ਘਟਿਆ ਪਤਾ ਕੀ ਗੱਲ ਆ ਅੱਗੇ ਸਾਹਮਣੇ ਚੀਜ਼ ਫੜਾ ਜਾਂਦੇ ਸੀ ਕੋਈ ਹੁਣ ਮੈਂ 15 ਪਿੰਡਾਂ ਚ ਜਾਇਆ ਪਹਿਲਾ ਬੰਦਾ ਮਿਲਿਆ ਜਿਹੜਾ ਕਹਿੰਦਾ ਘਟ ਗਿਆ ਮੇਰੀ ਗੱਲ ਤਾਂ ਸੁਣ ਲੋ ਜੀ ਨਹੀਂ ਘਟਿਆ ਯਾਰ ਮੇਰੀ ਗੱਲ ਤਾਂ ਸੁਣ ਬੰਦਾ ਮੈਂ ਕਹਾਂ ਵੀ ਅੱਗੇ ਸ਼ਰੇ ਆਮ ਚ ਫੜਾ ਕੇ ਜਾਂਦੇ ਸੀ ਹੁਣ ਕੋਈ ਸ਼ਰੇ ਆਮ ਨਹੀਂ ਫੜਾਉਂਦਾ ਚੋਰੀ ਫੜਾ ਦਿੰਦੇ ਪੂਰੀ ਆਸੇ ਵਿੱਚ ਕਿਤੇ ਮਰਜੀ ਫੜਾਈ ਜਾਂਦੇ ਆ ਇੱਥੇ ਨਹੀਂ ਗੱਲ ਤਾਂ ਫਿਰ ਉੱਥੇ ਹੀ ਹੋ ਗਈ ਨਾ ਵੀ ਹੁਣ ਚੋਰੀ ਫੜਾ ਦਿੰਦੇ ਅੱਗੇ ਸ਼ਰੇ ਆਮ ਸੀ ਲੇਕਿਨ ਪੌਣੀ ਤਾਂ ਨੂੰ ਨੱਥ ਚਾਹੀਦੀ ਆ ਰੋਕਣਾ ਚਾਹੀਦਾ ਬਾਪੂ ਤੁਸੀਂ ਕੀ ਆਖੋਗੇ ਨਹੀਂ ਨਹੀਂ ਇਹ ਤਾਂ ਵਧੀ ਹਾਂ ਹੋਰ ਕਿਵੇਂ ਲੱਗਦਾ ਸਰਕਾਰ ਦੇ ਕੰਮ ਕੀ ਲੱਗਦਾ ਸਰਕਾਰ ਦੇ ਇਹਦਾ ਕੰਮ ਵੇਖਿਆ ਨੀ ਕੀ ਕੀ ਕੰਮ ਹੋਇਆ ਕੀ ਨਹੀਂ ਹੋਇਆ ਕੋਈ ਕੰਮ ਪਤਾ ਲੱਗੇ ਵੀ ਹੋਵੇ ਨਾ ਕਰਿਆ ਕੋਈ ਤਾਂ ਫੇਰ ਹੀ ਪਤਾ ਲੱਗੇ ਜੀ ਆ ਬਿਜਲੀ ਹੁਣ ਚੜਾਈ ਹੈ ਧਰਨੇ ਲਾ ਗਈ ਚਾਹਨੇ ਹੂੰ ਅੱਛਾ ਜਦੋਂ ਸਰਕਾਰ ਸੱਤਾ ਚਾਹੁੰਦੀ ਆ ਸੱਤਾ ਚਾਹਣ ਤੋਂ ਪਹਿਲਾਂ ਵੀ ਕਹਿ ਸੀ ਕਿ ਸਾਡੀ ਸਰਕਾਰ ਆਉਣ ਦਿਓ ਅਸੀਂ ਧਰਨੇ ਨਹੀਂ ਲਗਣਦੇ ਨੇ ਪੰਜਾਬ 'ਚ ਤਾਂ ਧਰਨੇ ਤਾਂ ਲੱਗਦੇ ਹੁਣ ਕਿਥਾਂਸਾ ਲੱਗਦੇ ਆ ਆ ਬਿਜਲੀ ਹੁਣੀ ਚੜਾਈ ਹੈ ਇੱਥੇ ਬਾਜੀਖਾਨ ਨੇ ਧਰਨੇ ਲਾ ਕੇ ਹੂੰ ਫਿਰ ਉਹ ਸੜੀ ਉੱਠ ਕੇ ਬਾਹਰ ਆਇਆ ਪਿਆ ਲੈਟ ਦੇ ਵਾਂਗ ਹੋਣਾ ਕਿ ਲੈਟ ਬੰਦ ਕਰ ਲੈ ਕੱਸੀ ਦਾ ਪਾਣੀ ਛੜਦਾ ਹੁਣ ਲੋਕਾਂ ਨੂੰ ਪਾਣੀ ਨਾਲ ਲੜਾਉਣਗੇ ਜੀ ਹੁਣ ਕੱਸੀ ਦਾ ਪਾਣੀ ਕੀ ਕਰਨਾ ਬੰਦ ਕਰਨਾ ਇਹਨੂੰ ਹੂੰ ਤੇ ਕੀ ਲੱਗਦਾ ਬਾਪੂ ਅੱਗੇ ਆਉਣ ਵਾਲੇ ਸਮੇਂ ਵਿੱਚ ਕੋਈ ਕੰਮ ਹੋਊਗਾ ਪੰਜਾਬ ਦਾ ਦੇਖੋ ਜੇ ਕਰਨਗੇ ਤਾਂ ਫੇਰ ਹੀ ਆ ਕੋਈ ਹੂੰ ਜੇ ਕਰਨਗੇ ਤਾਂ ਪਤਾ ਲੱਗ ਜੂ ਵੀ ਆ ਕੰਮ ਹੋਈ ਜਾਂਦੇ ਆ ਜੇ ਨਾ ਕੀਤੇ ਤੇ ਨਾ ਕੀਤੇ ਤਾਂ ਨਾ ਫਿਰ ਤਾਂ ਨਾ ਤਾਂ ਹੈਗੀ ਆ ਹੂੰ ਫਿਰ ਲਾਰੇ ਰੱਪੇ ਇਹਨਾਂ ਦੇ ਹੂੰ ਆਲਾ ਚੱਕਰ ਹੈ ਜੀ ਉਹ ਇਥੇ ਹੋਰ ਵੀ ਸੋਜਵਾਨ ਬਜ਼ੁਰਗ ਬੈਠੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਠੀਕ ਹੋ ਠੀਕ ਆ ਜੀ ਕਿਵੇਂ ਤੁਸੀਂ ਵੀ ਤਾਸ ਤੋਸ਼ ਖੇਡ ਲੈਂਦੇ ਨਹੀਂ ਜੀ ਅਸੀਂ ਨਹੀਂ ਜਾਣਦੇ ਠੀਕ ਆ ਬਣਾ ਬੁੜਿਆਂ ਨੂੰ ਸਮਾਂ ਹੀ ਨਹੀਂ ਦਿੰਦੇ ਸੀ ਠੀਕ ਆ ਜੀ ਹੋਰ ਅੱਛਾ ਬਾਪੂ ਜੀ ਆਪਾਂ ਸਰਕਾਰ ਦੇ ਕੰਮਾਂ ਦੀ ਗੱਲ ਕਰੀਏ ਕਿਵੇਂ ਲੱਗਦਾ ਸਰਕਾਰ ਦੇ ਕੰਮ ਵੀ ਬਾਈ ਸਾਡੇ ਦਾ ਸਿਮਾਕੋ ਬਾਹਰ ਆ ਐਵੇਂ ਕਹਿੰਦੇ ਕਿ ਸਾਨੂੰ ਅਨਪੜ੍ਹ ਆ ਸਾਨੂੰ ਕੋਈ ਗੱਲ ਦਾ ਨਹੀਂ ਪਤਾ ਵਿੱਚੋਂ ਕੀ ਹੋਊਗਾ ਕੀ ਕਰਦੇ ਆ ਉਮੀਦ ਹੈ ਕਿ ਕੋਈ ਚੰਗਾ ਹੋ ਤਾਂ ਅਸੀਂ ਤਾਂ ਕਹਿੰਦੇ ਆਂ ਵੀ ਪ੍ਰਮਾਤਮਾ ਕਰੇ ਚੰਗਾ ਪਰ ਜਿਹੜੀਆਂ ਗੱਲਾਂ ਹੋਣ ਹੋ ਰਹੀਆਂ ਇੱਕ ਗੱਲ ਕੱਛੂ ਨੰਗਲ ਜਿਹੜੀ ਹੋਈ ਆ ਘਟਨਾ ਹੋਈ ਆ ਉਹਨਾਂ ਬੰਦੇ ਫੜੇ ਗਏ ਸੀ ਤੇ ਆਪਣੇ ਕੀ ਗੱਲ ਆ ਵੀ ਇੱਥੇ ਇੱਕ ਮਿੰਟ ਜੀ ਹਾਂਜੀ ਕੱਛੂ ਨੰਗਲ ਬੰਦੇ ਫੜੇ ਗਏ ਸੀ ਨਾ ਬੁੜੀ ਤੇ ਬੰਦਾ ਜਿਹਨੇ ਵਰਮਾਲੇ ਪਾੜ ਕੇ ਬੇਅਦਬੀ ਕੀਤੀ ਹਾਂਜੀ ਹੋਈ ਆ ਨਾ ਉਹ ਉਹਦਾ ਨਾਮ ਸੀ ਯਾਰ ਪਿਰਤਪਾਲ ਸੀ ਪਤਾ ਨਹੀਂ ਇਹੋ ਜਿਹਾ ਨਾਮ ਸੀ ਜੀ ਜਿਹੜਾ ਮੂਹਰੋ ਬੋਲਿਆ ਸੀ ਉਹ ਪੁਲਿਸ ਵਾਲੇ ਆ ਕੇ ਧੱਕੇ ਨਾਲ ਲੈ ਗਏ ਹੂੰ ਉਹ ਆਨੇ ਵੀ ਥਾਣੇ ਜਾਂਦੇ ਆ ਹੂੰ ਤੇ ਗੱਲ ਕੋਈ ਨਿਬੜੀ ਨਹੀਂ ਵਿੱਚੋਂ ਹੂੰ ਜਦੋਂ ਸਰਕਾਰ ਸਤਾ ਚਾਹੁੰਦੀ ਆ 24 ਘੰਟਿਆਂ ਦਾ ਟਾਈਮ ਮੰਗਦੀ ਸੀ 24 ਘੰਟਿਆਂ ਦੇ ਵਿੱਚ ਅਸੀਂ ਉਹਨਾਂ ਨੂੰ ਖੁੰਝੇ ਲਾ ਦੇਵਾਂਗੇ ਜਿਨ੍ਹਾਂ ਨੇ ਇਹ ਹਰਕਤ ਕੀਤੀ ਆ ਲੇਕਿਨ ਹੁਣ ਤਾਂ 7 ਮਹੀਨੇ ਹੋ ਗਏ ਹੁਣ ਫਰੋਲਾ ਤਾਂ ਹਾ ਹੂੰ ਗਰੋਸਾ ਹੈ ਕਿ ਨਹੀਂ ਕੀਤਾ ਰੋਸਾ ਦਾ ਫੁੱਲ ਆ ਉਹਨੂੰ ਕਰੀਏ ਕੀ ਰੋਸਾ ਹੂੰ ਹੁਣ ਤੂੰ ਐ ਫੁੱਡਲ ਅਰ ਕਾਇਮ ਦਾ ਕੰਮ ਕਰਦਾ ਹੂੰ ਚਾਹ ਕੋਈ ਅਫਸਰ ਆ ਉਹਦੀ ਕਲਮਨੇ ਕੰਮ ਕਰਨਾ ਜਿਵੇਂ ਮਰਜ਼ੀ ਲਿਖਦੇ ਹੂੰ ਅਨਪੜ੍ਹ ਨੂੰ ਕੀ ਪਤਾ ਹੁੰਦਾ ਹੂੰ